ਦੋਸਤੋ ਹਾਜ਼ਰ ਹਾਂ ਇੱਕ ਹੋਰ ਵੀਡੀਓ ਰਿਪੋਰਟ ਲੈ ਕੇ ਚੈਨਲ ਨਿਰਦੇਸ਼ ਲਖੀ ਅਨਪਲਗ ਦੀ ਇਸ ਸੀਰੀਜ਼ ਹਿਟਲਿਸ ਦੀ ਇਹ ਪੰਜਵੀਂ ਰਿਪੋਰਟ ਹੈ ਤੇ ਅੱਜ ਇਸ ਰਿਪੋਰਟ ਵਿੱਚ ਗੱਲ ਹੋਏਗੀ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਰਹੇ ਜਥੇਦਾਰ ਸੰਤੋਖ ਸਿੰਘ ਉਹਨਾਂ ਦੇ ਕਤਲ ਉਹਨਾਂ ਦੇ ਹਤਿਆਕਾਂਡ ਕੇਸ ਦੀ ਜਥੇਦਾਰ ਸੰਤੋਖ ਸਿੰਘ ਨੂੰ 21 ਦਸੰਬਰ ਸਾਲ 1981 ਨੂੰ ਮਾਰਤਾ ਗਿਆ ਸੀ ਉਹਨਾਂ ਦੀ ਹਤਿਆ ਆਫੀਸ਼ੀਅਲ ਰਿਕਾਰਡ ਦੇ ਮੁਤਾਬਿਕ ਇੱਕ ਐਸਜੀਪੀਸੀ ਦੇ ਮੈਂਬਰ ਵੱਲੋਂ ਕੀਤੀ ਗਈ ਜੋ ਕਿ ਉਹਨਾਂ ਦੀ ਹੀ ਪਾਰਟੀ ਦੇ ਵਿੱਚ ਉਹਨਾਂ ਦੇ ਹੀ ਨਾਲ ਰਿਹਾ ਸੀ ਲੇਕਿਨ ਕਾਫੀ ਸਮੇਂ ਤੋਂ ਉਹਨਾਂ ਤੋਂ ਨਰਾਜ਼ ਚੱਲ ਰਿਹਾ ਸੀ ਸੋਨ ਸਿੰਘ ਸੰਦੂ ਉਸ ਦਾ ਨਾਂ ਦੱਸਿਆ ਜਾਂਦਾ ਹੈ ਐਸਜੀਪੀਸੀ ਦਾ ਮੈਂਬਰ ਸੀ ਮੁੜਲੇ ਤੌਰ ਤੇ ਮੋਟੀ ਮੋਟੀ ਗੱਲ ਇਹ ਸੀ ਕਿ ਜਥੇਦਾਰ ਸੰਤੋਖ ਸਿੰਘ ਜਿਹੜੇ ਸਨ ਉਹ ਪ੍ਰਧਾਨ ਸਨ ਡੀਐਸਜੀਐਮਸੀ ਦੇ 1979 ਦਾ ਜਦੋਂ ਚੋਣ ਹੋਇਆ ਸੀ ਉਸ ਦੇ ਵਿੱਚ ਬਹੁਤ ਇੱਕ ਨੇੜਲਾ ਮੁਕਾਬਲਾ ਰਿਹਾ ਸੀ ਅਕਾਲੀ ਦਲ ਲੋਂਗੋਵਾਲ ਤੇ ਅਕਾਲੀ ਦਲ ਮਾਸਟਰ ਤਾਰਾ ਸਿੰਘ ਅਕਾਲੀ ਦਲ ਮਾਸਟਰ ਤਾਰਾ ਸਿੰਘ ਨੂੰ ਹੈੱਡ ਜਥੇਦਾਰ ਸੰਤੋਖ ਸਿੰਘ ਕਰਦੇ ਸਨ ਤਈ ਤਈ ਜਿਹੜੀਆਂ ਸੀਟਾਂ ਸਨ ਇਹ ਦੋਵੇਂ ਛਿਆਲੀ ਦੇ ਹਾਊਸ ਦੇ ਵਿੱਚ ਦੋਵੇਂ ਗੁੱਟਾਂ ਨੂੰ ਮਿਲਿਆ ਸਨ ਤੇ ਬਾਅਦ ਦੇ ਵਿੱਚ ਜਥੇਦਾਰ ਸੰਤੋਖ ਸਿੰਘ ਜਿਨ੍ਹਾਂ ਨੂੰ ਕਿ ਇੱਕ ਕੋਆਪਟਿਡ ਮੈਂਬਰ ਵਜੋਂ ਪ੍ਰਧਾਨ ਜਿਹੜਾ ਸੀ ਉਮਨਾਤਾ ਗਿਆ ਸੀ ਇਸ ਚੀਜ਼ ਦੇ ਬਾਵਜੂਦ ਵੀ ਸੰਤੋਖ ਸਿੰਘ ਆਪਣਾ ਚੋਣ ਹਾਰ ਗਏ ਸਨ ਜਥੇਦਾਰ ਸੰਤੋਖ ਸਿੰਘ ਆਪਣੇ ਵਿਰੋਧੀ ਤੋਂ ਚੋਣ ਹਾਰਨ ਤੋਂ ਬਾਅਦ ਵੀ ਕਈ ਸਾਲ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਰਹੇ ਇਸ ਗੱਲ ਦੀ ਬਾਤ ਨੂੰ ਲੈ ਕੇ ਇੱਕ ਗੁੱਸਾ ਸੀ ਸੋਂਸੇ ਸੰਦੂ ਜਿਹੜਾ ਕਿ ਡੀਐਸਜੀ ਐਮਸੀ ਦਾ ਇੱਕ ਹੋਰ ਮੈਂਬਰ ਸੀ ਉਹ ਵੀ ਗੁਰਦੁਆਰਾ ਕਮੇਟੀ ਦਾ ਚੋਣ ਜਿੱਤਿਆ ਸੀ ਉਸ ਨੂੰ ਇਸ ਗੱਲ ਦੇ ਨਾਰਾਜ਼ਗੀ ਵੀ ਸੀ ਤੇ ਸਮੇਂ-ਸਮੇਂ ਤੇ ਉਸ ਦੇ ਇਲਾਕੇ ਯਾਨੀ ਕਿ ਜਿਸ ਖੇਤਰ ਤੋਂ ਉਹ ਡੀਐਸਜੀ ਐਮਸੀ ਦੀ ਨੁਮਾਇੰਦਗੀ ਕਰਦਾ ਸੀ ਉਸ ਦੇ ਵਿੱਚ ਜਥੇਦਾਰ ਸੰਤੋਖ ਸਿੰਘ ਉਹਨਾਂ ਦੀ ਗਤੀਵਿਧੀਆਂ ਵੱਧ ਰਹੀਆਂ ਸੀ ਖਿਆਲਾ ਦਾ ਇੱਕ ਗੁਰਦੁਆਰਾ ਸੀ ਜਿਸ ਦਾ ਨੀ ਪੱਥਰ ਰੱਖਿਆ ਗਿਆ ਸੀ ਉਸ ਦੀ ਉਸਾਰੀ ਦਾ ਕੰਮ ਚੱਲਦਾ ਪਿਆ ਸੀ ਤੇ ਦਿੱਲੀ ਦੇ ਖਿਆਲਾ ਦੇ ਇਸ ਗੁਰਦੁਆਰੇ ਦੇ ਇੱਕ ਸਮਾਗਮ ਦੇ ਵਿੱਚ ਜਦੋਂ ਜਥੇਦਾਰ ਸੰਤੋਖ ਸਿੰਘ ਸ਼ਿਰਕਤ ਕਰਨ ਲਈ ਆਉਂਦੇ ਨੇ ਤਾਂ ਉਸ ਵਕਤ ਉਹਨਾਂ ਦਾ ਰਾਹ ਜਿਹੜਾ ਹੈ ਉਹ ਸੋਨ ਸਿੰਘ ਸੰਧੂ ਵੱਲੋਂ ਆਪਣੀ ਜੀਬ ਦੇ ਵਿੱਚ ਰੋਕਿਆ ਜਾਂਦਾ ਜਿਸ ਤੋਂ ਬਾਅਦ ਕਿ ਦੋਵਾਂ ਦੇ ਵਿੱਚ ਕਾਫੀ ਜ਼ਿਆਦਾ ਚੰਗਾ ਮਾੜਾ ਇੱਕ ਦੂਸਰੇ ਨੂੰ ਬੋਲਿਆ ਜਾਂਦਾ ਜਿਸ ਤੋਂ ਬਾਅਦ ਕਿ ਆਪਣੀ ਜਿਹੜੀ ਲਾਇਸੈਂਸੀ ਰਿਵੋਲਵਰ ਹੁੰਦੀ ਹੈ ਪੁਆਇੰਟ 32 ਬੋਰ ਦੀ ਇਹ ਦੱਸਿਆ ਜਾਂਦਾ ਵੀ ਸੋਨ ਸਿੰਘ ਸੰਧੂ ਕੱਢ ਕੇ ਉਸਦੇ ਨਾਲ ਗੋਲੀਆਂ ਜਿਹੜੀਆਂ ਹੈ ਜਥੇਦਾਰ ਸੰਤੋਖ ਸਿੰਘ ਉਹਨਾਂ ਨੂੰ ਮਾਰ ਦਿੰਦਾ ਜਿਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਜਥੇਦਾਰ ਸੰਤੋਖ ਸਿੰਘ ਉਹਨਾਂ ਦੇ ਨਾਲ ਉਹਨਾਂ ਦਾ ਜਿਹੜਾ ਗਨਮੈਨ ਹੁੰਦਾ ਧੰਨਾ ਸਿੰਘ ਉਸ ਵੱਲੋਂ ਆਪਣੀ ਪੁਆਇੰਟ 315 ਜਿਹੜੀ ਬੋਲਟ ਇੱਕ ਰਾਈਫਲ ਹੁੰਦੀ ਹੈ ਉਸ ਤੋਂ ਗੋਲੀਆਂ ਵਾਪਸ ਸੋਨ ਸਿੰਘ ਸੰਧੂ ਨੂੰ ਮਾਰੀਆਂ ਜਾਂਦੀਆਂ ਤੇ ਸੋਨ ਸਿੰਘ ਸੰਧੂ ਦੀ ਵੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਇਸ ਤੋਂ ਬਾਅਦ ਪੁਲਿਸ ਦੀ ਜਿਹੜੀ ਪਾਰਟੀ ਇਹ ਗੋਲੀਬਾਰੀ ਦੀ ਆਵਾਜ਼ ਸੁਣ ਕੇ ਉੱਥੇ ਪਹੁੰਚੀ ਹੁੰਦੀ ਹੈ ਜਦੋਂ ਮੌਕੇ ਵਾਰਦਾਤੇ ਪਹੁੰਚਦੀ ਹੈ ਉਸ ਵਕਤ ਉਸ ਨੂੰ ਸੋਨ ਸਿੰਘ ਸੰਧੂ ਦੀ ਖੂਨ ਨਾਲ ਲਥਪਥ লাশ ਮਿਲਦੀ ਹੈ ਜਿਸ ਨੂੰ ਕਿ ਉਹ ਹਸਪਤਾਲ ਲੈ ਜਾਂਦੇ ਨੇ ਇਸ ਦੇ ਨਾਲ ਹੀ ਜਥੇਦਾਰ ਸੰਤੋਖ ਸਿੰਘ ਉਹਨਾਂ ਨੂੰ ਐਮਜ਼ ਵਿੱਚ ਉਹਨਾਂ ਦੇ ਗਨਮੈਨ ਅਤੇ ਹੋਰ ਐਸਜੀਪੀਸੀ ਦੇ ਮੈਂਬਰਸ ਵੱਲੋਂ ਡੀਐਸਜੀਐਮਸੀ ਦੇ ਮੈਂਬਰਸ ਵੱਲੋਂ ਲਜਾਇਆ ਜਾ ਚੁੱਕਾ ਹੁੰਦਾ ਜਿੱਥੇ ਉਹਨਾਂ ਨੂੰ ਬ੍ਰੌਟ ਡੈੱਡ ਕੋਸ਼ਿਸ਼ ਕੀਤਾ ਜਾਂਦਾ ਸੋ ਕੁਝ ਹੀ ਮਿੰਟਾਂ ਦੇ ਵਿੱਚ ਜਥੇਦਾਰ ਸੰਤੋਖ ਸਿੰਘ ਅਤੇ ਸੋਨ ਸਿੰਘ ਸੰਧੂ ਇੱਕ ਡੀਐਸਜੀਐਮਸੀ ਦਾ ਪ੍ਰਧਾਨ ਤੇ ਦੂਸਰਾ ਡੀਐਸਜੀਐਮਸੀ ਦਾ ਮੈਂਬਰ ਇੱਕ ਕ੍ਰਾਸਪਾਰ ਦੇ ਵਿੱਚ ਵਿਅਕਤੀਗਤ ਰੰਜਿਸ਼ ਜਾਂ ਆਪਸੀ ਖੇਬਾਜ਼ੀ ਦੇ ਚੱਲਦਿਆਂ ਹੋਇਆਂ ਗੋਲੀਆਂ ਦਾ ਸ਼ਿਕਾਰ ਹੋ ਜਾਂਦੇ ਨੇ ਤੇ ਇਸ ਤੋਂ ਬਾਅਦ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਜੋ ਕਿ ਇਸ ਮਾਮਲੇ ਦੀ ਤਫ਼ਤੀਸ਼ ਕਰਦੀ ਹੈ ਉਸ ਲਈ ਇਹ ਇੱਕ ਓਪਨ ਐਂਡ ਸ਼ਟ ਕੇਸ ਹੁੰਦਾ ਹੈ ਸੋ ਮੋਟੀ ਮੋਟੀ ਇਹ ਤਾਂ ਕਹਾਣੀ ਸੀ ਜਥੇਦਾਰ ਸੰਤੋਖ ਸਿੰਘ ਦੀ ਹਤਿਆਕਾਂਡ ਦੇ ਨਾਲ ਉਹ ਵਰਦਾਤ ਦੇ ਨਾਲ ਜੁੜੀ ਹੋਈ ਲੇਕਿਨ ਇੱਕ 20 ਦਸੰਬਰ 1981 ਨੂੰ ਜਿਸ ਦਿਨ ਉਹਨਾਂ ਨੂੰ ਮਾਰਿਆ ਜਾਂਦਾ ਹੈ ਉਸ ਦਿਨ ਜੱਥੇਦਾਰ ਸੰਤੋਖ ਸਿੰਘ ਦੀ ਭੂਮਿਕਾ ਕੀ ਸੀ ਉਹਨਾਂ ਦਾ ਕਦ ਬਹੁਤ ਪੂਰੇ ਮੁਲਕ ਦੇ ਵਿੱਚ ਪੂਰੇ ਦੇਸ਼ ਦੀ ਸਿਆਸਤ ਲਈ ਪੰਜਾਬ ਦੀ ਸਿਆਸਤ ਲਈ ਜਿੱਥੇ ਕੀ ਦਰਬਾਰਾ ਸਿੰਘ ਸਰਕਾਰ ਸੀ ਇੰਦਰਾ ਗਾਂਧੀ ਉਸ ਵਕਤ ਪ੍ਰਧਾਨ ਮੰਤਰੀ ਸੀ ਅਕਾਲ ਤਖਤ ਦੇ ਜੱਥੇਦਾਰ ਸਾਹਿਬ ਤੇ ਸੰਤ ਜਰਨੈਲ ਸਿੰਘ ਭਿੰਡਰਾਲਾ ਜੋ ਕਿ ਉਹਨਾਂ ਦੇ ਸੱਦਿਆਂ ਉੱਤੇ ਦਿੱਲੀ ਆਂਦੇ ਵੀ ਰਹੇ ਸੰਤ ਜਰਨੈਲ ਸਿੰਘ ਭਿੰਡਰਾਲਾ ਉਹਨਾਂ ਦੇ ਨਾਲ ਜੱਥੇਦਾਰ ਸੰਤੋਖ ਸਿੰਘ ਦਾ ਇੱਕ ਬਹੁਤ ਨੇੜਤਾ ਦੇ ਨਾਲ ਜੁੜਿਆ ਹੋਇਆ ਇੱਕ ਰਿਸ਼ਤਾ ਸੀ ਇਹ ਜਿਹੜੀ ਨੇੜਤਾ ਸੀ ਇਹ ਕਈ ਪਬਲਿਕ ਮੰਚਾਂ ਤੋਂ ਨਿੱਖਰ ਕੇ ਸਾਹਮਣੇ ਆ ਰਹੀ ਸੀ। ਇਹ ਹੀ ਕਾਰਨ ਵੀ ਮੰਨਿਆ ਗਿਆ ਵੀ ਆਖਰੀ ਮੌਕੇ ਤੇ ਇੰਦਰਾ ਗਾਂਧੀ ਤੇ ਗਿਆਨੀ ਜ਼ੈਲ ਸਿੰਘ ਉਹਨਾਂ ਦੇ ਨਾਲ ਇੱਕ ਚੰਗੇ ਸੰਬੰਧ ਹੋਣ ਦੇ ਬਾਵਜੂਦ ਵੀ ਬਾਅਦ ਦੇ ਕੁਝ ਮਹੀਨਿਆਂ ਦੇ ਵਿੱਚ ਜਥੇਦਾਰ ਸੰਤੋਖ ਸਿੰਘ ਖਟਕਣਾ ਸ਼ੁਰੂ ਹੋ ਚੁੱਕੇ ਸਨ। ਕਾਂਗਰਸ ਦੀ ਕੇਂਦਰ ਸਰਕਾਰ ਨੂੰ ਇਸ ਦੇ ਨਾਲ ਹੀ ਅਕਾਲੀਆਂ ਨੂੰ ਅਕਾਲੀ ਦਲ ਲੋਂਗੋਵਾਲ ਜਿਸ ਵਿੱਚ ਕੀ ਪ੍ਰਕਾਸ਼ ਸਿੰਘ ਬਾਦਲ ਤੇ ਹੋਰ ਬਹੁਤ ਸਾਰੇ ਲੀਡਰ ਸਨ ਉਹਨਾਂ ਦੀ ਅੱਖਾਂ ਦੇ ਵਿੱਚ ਜਥੇਦਾਰ ਸੰਤੋਖ ਸਿੰਘ ਤਾਂ ਕਈ ਸਾਲਾਂ ਤੋਂ ਰੜਕ ਰਹੇ ਸਨ। ਸੋ ਇਹ ਪੂਰੀ ਦੀ ਪੂਰੀ ਗੱਲਬਾਤ ਨੂੰ ਕਰਨ ਲਈ ਅਸੀਂ ਸ਼ੁਰੂਆਤ ਕਰਾਂਗੇ ਸਾਲ 1960 ਦੇ ਆਸ-ਪਾਸ ਤੋਂ 1960 ਤੋਂ ਬਾਅਦ ਜੱਥੇਦਾਰ ਸੰਤੋਖ ਸਿੰਘ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੈ ਦਿੱਲੀ ਦੇ ਗੁਰਦੁਆਰਿਆਂ ਦੀ ਸਾਮ ਸੰਭਾਲ ਦੇ ਕੰਮ ਦੇ ਵਿੱਚ ਐਕਟਿਵ ਹੁੰਦੇ ਨੇ ਇਹ ਦੱਸ ਦਈਏ ਵੀ ਉਸ ਤੋਂ ਪਹਿਲਾਂ ਜਦੋਂ 1900 ਵੀ ਦੇ ਆਸ-ਪਾਸ ਜਿਹੜੀ ਗੁਰਦੁਆਰਾ ਸੁਧਾਰ ਲਹਿਰ ਜਿਹੜੀ ਚੱਲਦੀ ਸੀ ਜਿਸ ਤੋਂ ਬਾਅਦ ਕਿ ਐਸਜੀਪੀਸੀ ਦਾ ਗਠਨ ਹੁੰਦਾ ਹੈ ਲੇਕਿਨ ਦਿੱਲੀ ਦੇ ਵਿੱਚ ਜਿਹੜਾ ਕੰਮਕਾਜ ਸੀ ਉਹ ਕਾਫੀ ਸਾਲ ਕਈ-ਕਈ ਸਾਲ ਜਿਹੜਾ ਸੀ ਉਹ ਮਹੰਤਾਂ ਅਤੇ ਜਿਹੜੇ ਗੁਰਦੁਆਰਾ ਕਮੇਟੀ ਦੇ ਕੁਝ ਨੁਮਾਇੰਦੇ ਸਨ ਉਹਨਾਂ ਦੇ ਵਿੱਚ ਆਪਸੇ ਸਮਝੌਤਿਆਂ ਤੇ ਚੱਲਦੇ ਤੋਰੀ ਰੱਖਿਆ ਗਿਆ ਫਿਰ 1945 ਤੋਂ ਬਾਅਦ 1951 1954 ਕਈ ਐਸੇ ਇਲੈਕਸ਼ਨ ਜਿਹੜੇ ਸੀ ਦਿੱਲੀ ਕਮੇਟੀ ਦੇ ਹੋਏ ਦਿੱਲੀ ਜਿਹੜੀ ਗੁਰਦੁਆਰਾ ਕਮੇਟੀ ਸੀ ਉਹ ਪੂਰਨ ਤੌਰ ਤੇ ਇੱਕ ਮੈਨੇਜਮੈਂਟ ਕਮੇਟੀ ਵਾਂਗ ਇੱਕ ਬਹੁਤ ਹੀ ਸਿਸਟਮੈਟਿਕ ਤਰੀਕੇ ਨਾਲ ਫੰਕਸ਼ਨਲ ਨਹੀਂ ਸੀ ਉਸ ਦੀ ਚੋਣ ਜਿਹੜੀ ਪ੍ਰਕਿਰਿਆ ਸੀ ਉਸ ਦੇ ਵਿੱਚ ਵੀ ਉਦੀ ਮੈਚਿਓਰਿਟੀ ਨਹੀਂ ਸੀ ਜੋ ਕਿ ਐਸਜੀਪੀਸੀ ਦੇ ਵਿੱਚ ਆ ਚੁੱਕੀ ਸੀ ਸੋ ਇਹਨਾਂ ਹਾਲਾਤਾਂ ਦੇ ਚੱਲਦੇ ਹੋਏ ਸਾਲ 1962 ਤੋਂ ਲੈ ਕੇ 1971 ਤੱਕ 9 ਸਾਲ ਇੱਕ ਅੰਤਨਮ ਜਿਹੜੀ ਕਮੇਟੀ ਹੈ ਜਿਸ ਵਿੱਚ ਕੀ ਚਠੇਦਾਰ ਸੰਤੋਖ ਸਿੰਘ ਜਨਰਲ ਸਕੱਤਰ ਹੁੰਦੇ ਨੇ ਉਹ ਕੰਮਕਾਜ ਕਰਦੀ ਹੈ ਲੇਕਿਨ 1971 ਦੇ ਵਿੱਚ ਹਾਲਾਤ ਬਦਲਨੇ ਸ਼ੁਰੂ ਹੋਏ ਤੇ ਇਹੀ ਉਹ ਸਮਾਂ ਸੀ ਜਦੋਂ ਕਿ ਇੰਦਰਾ ਗਾਂਧੀ ਜਾਂ ਫਿਰ ਦੇਸ਼ ਦੀ ਜਿਹੜੇ ਪ੍ਰਧਾਨ ਮੰਤਰੀ ਜਾਂ ਕੇਂਦਰ ਸਰਕਾਰ ਦੀ ਜਿਹੜੀ ਦਿਲਚਸਪੀ ਸੀ ਕਿਉਂਕਿ ਅਕਾਲੀਆਂ ਵੱਲੋਂ ਪੰਜਾਬ ਦੇ ਵਿੱਚ ਅਕਾਲੀ ਦਲ ਵੱਲੋਂ ਕਾਫੀ ਜ਼ਿਆਦਾ ਜਿਹੜੀ ਜਿਹੜੀ ਮੁਖਾਲਫਤ ਕਾਂਗਰਸ ਦੀ ਹੁੰਦੀ ਰਹੀ ਇੱਕ ਬੜੀ ਹੀ ਅਹਮ ਵਿਰੋਧੀ ਪਾਰਟੀ ਅਕਾਲੀ ਜਮਾਤ ਜਿਹੜੀ ਸੀ ਕਾਂਗਰਸ ਲਈ ਇੰਦਰਾ ਗਾਂਧੀ ਲਈ ਉੱਪਰ ਕੇ ਸਾਹਮਣੇ ਆ ਰਹੀ ਸੀ ਸੋ 1971 ਵਿੱਚ ਕਿਸੇ ਨਾ ਕਿਸੇ ਪੰਜਾਬ ਦੇ ਵਿੱਚ ਅਕਾਲੀ ਦਲ ਦਾ ਜਿਹੜਾ ਗੁਰਦੁਆਰਾਂ ਦੇ ਗੁਰਦੁਆਰਾਂ ਦੇ ਉੱਤੇ ਕੰਟਰੋਲ ਸੀ ਉਸ ਨੂੰ ਨਿਊਟਰਲਾਈਜ਼ ਕਰਨ ਜਾਂ ਫਿਰ ਇਕੁਲਾਈਜ਼ ਕਰਨ ਦੇ ਮੰਤਪ ਦੇ ਨਾਲ ਕੇਂਦਰ ਸਰਕਾਰ ਜਾਂ ਇੰਦਰਾ ਗਾਂਧੀ ਨੇ ਦਿੱਲੀ ਦੇ ਗੁਰਦੁਆਰਾਂ ਦੇ ਵਿੱਚ ਹਸਤਖੇਪ ਦੀ ਗੱਲ ਕੀਤੀ ਮਈ 1971 ਦਾ ਮਹੀਨਾ ਆ ਜਾਂਦਾ ਹੈ ਜਦੋਂ ਕਿ ਇੱਕ ਦਿਨਾਂ ਚ ਚੇਤ ਦਿੱਲੀ ਸਰਕਾਰ ਦੀ ਮਦਦ ਦੇ ਨਾਲ ਜਿਹੜੇ ਗੁਰਦੁਆਰੇ ਦਾ ਸਾਰਾ ਸਾਮ ਸੰਭਾਲ ਤੇ ਪ੍ਰਬੰਧ ਹੁੰਦਾ ਉਸ ਨੂੰ ਇੱਕ ਪੰਜ ਮੈਂਬਰੀ ਕਮੇਟੀ ਨੂੰ ਦਿੱਤਾ ਜਾਂਦਾ ਹੈ 1971 ਵਿੱਚ ਜੱਥੇਦਾਰ ਸੰਤੋਖ ਸਿੰਘ ਹੋਣਾਂ ਦੀ ਮੁਖਾਲਫਤ ਕਰਨ ਵਾਲੇ ਦਿੱਲੀ ਦੇ ਵਿੱਚ ਕੁਝ ਹੀ ਜਿਹੜੇ ਪਾਵਰ ਸੈਂਟਰ ਹੁੰਦੇ ਨੇ ਜਿਨ੍ਹਾਂ ਵਿੱਚ ਉਹ ਸਰਦਾਰ ਰਸ਼ਪਾਲ ਸਿੰਘ ਤੇ ਬੀਬੀ ਨਿਰਲੇਪ ਕੌਰ ਹੁੰਦੇ ਨੇ ਇਹ ਦੋਵਾਂ ਨੂੰ ਅੱਗੇ ਲਗਾ ਕੇ ਦਿੱਲੀ ਦੀ ਸੁਖਮਾਨ ਸਰਕਾਰ ਜਿਹੜੀ ਹੁੰਦੀ ਹੈ ਉਹ ਮਦਦ ਦੇ ਨਾਲ ਇਹ ਲੋਕਾਂ ਦੀ ਇਹ ਮੈਂਬਰਾਂ ਦੀ ਦਿੱਲੀ ਜਿਹੜੀ ਮੈਨੇਜਮੈਂਟ ਕਮੇਟੀ ਹੁੰਦੀ ਹੈ ਉਸ ਵਕਤ ਦਿੱਲੀ ਮੈਨੇਜਮੈਂਟ ਕਮੇਟੀ ਉਸ ਤਰੀਕੇ ਨਾਲ ਇਸ ਦਾ ਨਾਮ ਉਵੇਂ ਨਹੀਂ ਨੋਮਨਕਲੇਚਰ ਆਇਆ ਹੁੰਦਾ ਲੇਕਿਨ ਗੁਰਦੁਆਰਿਆਂ ਤੇ ਕੰਟਰੋਲ ਕਰ ਲਿਆ ਜਾਂਦਾ ਹੈ ਗੁਰਦੁਆਰਾ ਸੀਸਗੰਜ ਸਾਹਿਬ ਦੇ ਜਿਹੜੇ ਪੂਰੇ ਪ੍ਰਮਾਈਸਿਸ ਗੁਰਦੁਆਰਿਆਂ ਦਾ ਸਾਰਾ ਪ੍ਰਬੰਧ ਹੈ ਉਸ ਨੂੰ ਆਪਣੇ ਹੱਥ ਵਿੱਚ ਲੈ ਲਿਆ ਜਾਂਦਾ ਹੈ ਦਰਵਾਜ਼ੇ ਅੰਦਰੋਂ ਬੰਦ ਕਰ ਲਏ ਜਾਂਦੇ ਨੇ ਸੋ ਜਿਹੜਾ ਕਬਜ਼ਾ ਹੁੰਦਾ ਹੈ ਇੱਕ ਤਰੀਕੇ ਨਾਲ 9 ਸਾਲ ਤੱਕ ਇੱਕ ਅੰਤਰਿਮ ਕਮੇਟੀ ਕੰਮ ਕਰ ਚੁੱਕੀ ਹੁੰਦੀ ਹੈ ਉਸ ਤੋਂ ਬਾਅਦ ਇਹ ਜਿਹੜਾ ਕਬਜ਼ਾ ਹੈ ਉਹ ਦਿੱਲੀ ਦੀ ਸਰਕਾਰ ਦੀ ਮਦਦ ਦੇ ਨਾਲ ਕੁਝ ਹੋਰ ਜਿਹੜੇ ਸ ਇੱਕ ਬਹੁਤ ਵੱਡੇ ਪੱਧਰ ਦਾ ਗਤੀਰੋਧ ਜਿਹੜਾ ਸੀ ਇਸ ਕਬਜ਼ੇ ਨੂੰ ਲੈ ਕੇ ਹੋਇਆ ਜਿਸ ਤੋਂ ਬਾਅਦ ਕੀ ਦਿੱਲੀ ਦੇ ਵਿੱਚ ਬੈਠੀ ਅਕਾਲੀ ਲੀਡਰਸ਼ਿਪ ਨੇ ਇੱਕ ਮੋਰਚਾ ਵਿੜ ਲਿਆ ਐਸੇ ਸਮੇਂ ਜੱਥੇਦਾਰ ਸੰਤੋਖ ਸਿੰਘ ਜਿਹੜੇ ਹੁੰਦੇ ਨੇ ਉਹਨਾਂ ਵੱਲੋਂ ਵੀ ਆਪਣੀ ਪੂਰੀ ਲਾਮਬੰਦੀ ਤੇਜ਼ ਕਰਤੀ ਜਾਂਦੀ ਹੈ ਕੇਂਦਰ ਸਰਕਾਰ ਦੀ ਮੁਖਾਲਫਤ ਬਹੁਤ ਵੱਡੇ ਪੱਧਰ ਤੇ ਹੁੰਦੀ ਹੈ ਮਈ ਜੂਨ ਜੁਲਾਈ ਤੇ ਅਗਸਤ ਦਾ ਮਹੀਨਾ ਆਉਂਦਾ ਆਉਂਦਾ ਜਿਹੜੇ ਜੱਥੇ ਤੇ ਮੋਰਚੇ ਅਕਾਲੀ ਅਦਲ ਦੇ ਹੁੰਦੇ ਨੇ ਉਹ ਦਿੱਲੀ ਵੱਲ ਕੂਚ ਕਰਨਾ ਸ਼ੁਰੂ ਕਰ ਚੁੱਕੇ ਹੁੰਦੇ ਨੇ ਇੱਕ ਪਾਸੇ ਧਾਰਮਿਕ ਪੱਧਰ ਉੱਤੇ ਜਥੇਦਾਰ ਅਕਾਲ ਤਖਤ ਵੱਲੋਂ ਆਪਣੇ ਮੋਰਚੇ ਅੱਗੇ ਤੋਰ ਲੈ ਗਏ ਹੁੰਦੇ ਨੇ ਤੇ ਦੂਸਰੇ ਪਾਸੇ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਹੁੰਦੀ ਹੈ ਜਿਸ ਵਿੱਚ ਕੀ ਇਹ ਸਾਰੇ ਲੀਡਰ ਬਲਵੰਤ ਸਿੰਘ ਪ੍ਰਕਾਸ਼ ਸਿੰਘ ਬਾਦਲ ਤੇ ਬਹੁਤ ਸੇ ਹੋਰ ਲੀਡਰ ਜਿਹੜੇ ਹੁੰਦੇ ਨੇ ਉਹਨਾਂ ਵੱਲੋਂ ਕੂਚ ਜਿਹੜਾ ਹੈ ਮੋਰਚਿਆਂ ਦੀ ਸ਼ਕਲ ਵਿੱਚ ਦਿੱਲੀ ਵੱਲ ਕੀਤਾ ਜਾਂਦਾ ਹੈ ਬਹੁਤ ਸੇ ਗ੍ਰਿਫਤਾਰੀਆਂ ਹੁੰਦੀਆਂ ਨੇ ਗੰਗਾ ਨਗਰ ਤੋਂ ਲੈ ਕੇ ਤਿਹਾਰ ਜ਼ਿਲ੍ਹਾ ਜਿਹੜੀਆਂ ਹੁੰਦੀਆਂ ਨੇ ਉਹ ਅਕਾਲੀ ਜਿਹੜੇ ਵਰਕਰ ਹੁੰਦੇ ਨੇ ਅਕਾਲੀ ਲੀਡਰਾਂ ਦੀ ਗ੍ਰਿਫਤਾਰੀਆਂ ਦੇ ਨਾਲ ਪਰ ਜਾਂਦੀਆਂ ਨੇ ਸੋ ਇਹ ਇੱਕ ایسی ਸਥਿਤੀ ਬਣ ਚੁੱਕੀ ਹੁੰਦੀ ਹੈ ਜਿਸ ਦੌਰਾਨ ਜਿਹੜਾ ਮੋਰਚਾ ਸ਼ੁਰੂ ਹੁੰਦਾ ਦਿੱਲੀ ਦੇ ਗੁਰਦੁਆਰਿਆਂ ਨੂੰ ਸਰਕਾਰ ਦੇ ਇਸ ਕੰਟਰੋਲ ਤੋਂ ਆਜ਼ਾਦ ਕਰਾਣ ਦਾ ਉਹ ਆਉਣ ਵਾਲੇ ਤਕਰੀਬਨ 115 ਦਿਨ ਚੱਲਣਾ ਹੁੰਦਾ ਹੈ ਸੋ ਅਗਸਤ ਦੇ ਵਿੱਚ ਸ਼ੁਰੂ ਹੋਇਆ ਇਹ ਮੋਰਚਾ 3 ਦਸੰਬਰ 1971 ਜਦੋਂ ਕੀ ਪਾਰਤ ਦੀ ਜੰਗ ਪਾਕਿਸਤਾਨ ਦੇ ਨਾਲ ਲੱਗਦੀ ਹੈ ਉਸ ਵਕ ਜਾ ਕੇ ਇਸ ਮੋਰਚੇ ਨੂੰ ਵਾਪਸ ਚੁੱਕਿਆ ਜਾਂਦਾ ਹੈ ਉਹ ਵੀ ਇਸ ਵਾਸਤੇ ਕਿਉਂਕਿ ਇਸ ਵਕ ਤੱਕ ਇਸ ਮੋਰਚੇ ਦੇ ਵਿੱਚ ਤਕਰੀਬਨ 7 ਜਿਹੜੇ ਸਿੱਖ ਪ੍ਰਦਰਸ਼ਨਕਾਰੀ ਹੁੰਦੇ ਨੇ ਉਹਨਾਂ ਦੀ ਮੌਤਾਂ ਹੋ ਚੁੱਕੀਆਂ ਹੁੰਦੀਆਂ ਨੇ ਕੁਦਰਤੀ ਪੱਧਰ ਤੇ ਜਾਂ ਜਿਹੜਾ ਟਕਰਾ ਹੋਇਆ ਹੁੰਦਾ ਹੈ ਇਸ ਤੋਂ ਇਲਾਵਾ ਤਕਰੀਬਨ 17000 ਦੇ ਆਸ-ਪਾਸ ਜਿਹੜੇ ਐਸਜੀਪੀਸੀ ਦੇ ਜਾਂ ਗੁਰਦੁਆਰਾ ਕਮੇਟੀਆਂ ਦੇ ਪੰਜਾਬ ਦੀਆਂ ਗੁਰਦੁਆਰਾ ਕਮੇਟੀਆਂ ਜਾਂ ਅਕਾਲੀ ਦਲ ਦੇ ਜਿਹੜੇ ਮਰਜੀ ਬੜੇ ਵੋਲੰਟੀਅਰਸ ਹੁੰਦੇ ਨੇ ਉਹਨਾਂ ਵੱਲੋਂ ਦਿੱਲੀ ਦੀਆਂ ਜੇਲਾਂ ਜਾਂ ਰਾਜਸਥਾਨ ਦੀਆਂ ਜੇਲਾਂ ਭਾਰਤੀਆਂ ਗਈਆਂ ਹੁੰਦੀਆਂ ਨੇ ਸੋ ਸਥਿਤੀ ਐਸੀ ਹੁੰਦੀ ਹੈ ਜਦੋਂ ਭਾਰਤ ਦੀ ਪਾਕਿਸਤਾਨ ਦੇ ਨਾਲ ਜੰਗ ਹੁੰਦੀ ਹੈ ਤੇ ਉਸ ਜੰਗ ਦੇ ਵਿੱਚ ਜਦੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪਾਕਿਸਤਾਨ ਦੇ ਜਿਹੜੇ ਫੌਜੀ ਉਹਨਾਂ ਵੱਲੋਂ ਆਤਮ ਸਮਰਪਣ ਕਰਤਾ ਜਾਂਦਾ ਹੈ ਗੋਡੇ ਟੇਕਤੇ ਜਾਂਦੇ ਨੇ ਉਸ ਵਕਤ ਸਮਝਾਇਆ ਜਾਂਦਾ ਵੀ ਇਸ ਧਰਨੇ ਨੂੰ ਚੁੱਕਣਾ ਵੀ ਜ਼ਰੂਰੀ ਹੁੰਦਾ ਹੈ ਲੇਕਿਨ ਇਹ ਧਰਨਾ ਜਿਹੜਾ ਹੈ ਖੁਦ ਹੀ ਸਰਦਾਰ ਮੋਹਨ ਸਿੰਘ ਤੂੜ ਵੱਲੋਂ ਵਾਪਸ ਲਏ ਜਾਂਦਾ ਐਲਾਨ ਕਰਤਾ ਜਾਂਦਾ ਹੈ ਇਸੇ ਦੌਰਾਨ ਇੰਦਰਾ ਗਾਂਧੀ ਦੇ ਉੱਤੇ ਵੀ ਦਬਾਅ ਨਾ ਵੱ ਚੁੱਕਾ ਹੁੰਦਾ ਇੱਕ ਪਾਸੇ ਉਸ ਦੀ ਬਹੁਤ ਵੱਡੀ ਜਿੱਤ ਪਾਕਿਸਤਾਨ ਦੇ ਖਿਲਾਫ ਹੋਈ ਹੁੰਦੀ ਹੈ ਲੇਕਿਨ ਇੰਦਰਾ ਗਾਂਧੀ ਇਸ ਵਕਤ ਉਸ ਆਰਡੀਨੈਂਸ ਨੂੰ ਲਿਆਉਣ ਲਈ ਤਿਆਰ ਹੋ ਚੁੱਕੀ ਹੁੰਦੀ ਹੈ ਤੇ ਇੱਕ ਮੈਟਰੋਪੋਲੀਟਨ ਆਰਡੀਨੈਂਸ ਜਿਹੜਾ ਬਿਲ ਹੁੰਦਾ ਉਹ ਪੇਸ਼ ਕੀਤਾ ਜਾਂਦਾ ਹੈ ਭਾਰਤ ਪਾਕਿਸਤਾਨ ਦੀ ਜਿਹੜੀ ਜੰਗ ਹੁੰਦੀ ਹੈ ਉਹ ਇੱਕ ਬਹੁਤ ਇੱਕ ਮੇਜਰ ਟਰਨਿੰਗ ਪੁਆਇੰਟ ਹੁੰਦਾ ਜਿਸ ਤੋਂ ਬਾਅਦ ਕੀ ਇੱਕ ਪਾਸੇ ਬਹੁਤ ਵੱਡੀ ਪ੍ਰਾਪਤੀ ਹੁੰਦੀ ਹੈ ਭਾਰਤ ਸਰਕਾਰ ਨੇ ਇੰਦਰਾ ਗਾਂਧੀ ਨੂੰ ਐਜ਼ ਅਨ ਆਇਰਨ ਲੇਡੀ ਮੰਨਿਆ ਜਾਂਦਾ ਜਦੋਂ ਉਸ ਨੇ ਪਾਕਿਸਤਾਨ ਦੇ ਜਿਹੜੇ ਫੌਜੀ ਹੁੰਦੇ ਨੇ ਬਹੁਤ ਵੱਡੇ ਪੱਧਰ ਤੇ ਜਿਹੜਾ ਸਿਲੰਡਰ ਕਰਵਾਤਾ ਹੁੰਦਾ ਹੈ ਫੌਜਾਂ ਨੇ ਬਹੁਤ ਵਧੀਆ ਕੰਮ ਕੀਤਾ ਹੁੰਦਾ ਹੈ ਤੇ ਦੂਸਰੇ ਪਾਸੇ ਦੇਸ਼ ਦੀ ਕੌਮੀ ਰਾਜਧਾਨੀ ਦੇ ਵਿੱਚ ਇਹ ਜਿਹੜਾ ਮੋਰਚਾ ਹੁੰਦਾ ਇਸ ਨੂੰ ਵੀ ਵਾਪਸ ਲਜਾਉਣ ਲਈ ਇੱਕ ਮਾਹੌਲ ਇੱਕ ਆਪਸੇ ਅੰਡਰਸਟੈਂਡਿੰਗ ਬਣ ਚੁੱਕੀ ਹੁੰਦੀ ਹੈ ਜਿਸ ਦੇ ਤਹਿਤ ਕੀ ਇੰਦਰਾ ਸਰਕਾਰ ਹੈ ਉਮ ਮੰਨ ਜਾਂਦੀ ਹੈ ਇੱਕ ਮੈਟਰੋਪੋਲੀਟਨ ਬਿੱਲ ਆਂਦਾ ਜਾਂਦਾ ਜਿਸ ਦੇ ਤਹਿਤ ਕੀ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਬਣਾਈ ਜਾਂਦੀ ਹੈ ਬਕਾਇਦਾ ਉਸ ਨੂੰ ਨੋਟੀਫਾਈ ਕੀਤਾ ਜਾਂਦਾ ਹੈ 55 ਮੈਂਬਰਾਂ ਦੀ ਕਮੇਟੀ 64 ਮੈਂਬਰ ਚੁਣੇ ਹੋਏ ਆਣੇ ਹੁੰਦੇ ਨੇ ਤੇ 9 ਮੈਂਬਰਸ ਨੂੰ ਕੋਆਪਟ ਕੀਤਾ ਜਾਣਾ ਹੁੰਦਾ ਇਸ ਤੋਂ ਬਾਅਦ ਇਹ ਮੋਰਚਾ ਚੱਕ ਲਿਆ ਜਾਂਦਾ ਹੈ ਦਿੱਲੀ ਦੇ ਗੁਰਦੁਆਰਾਂ ਦਾ ਪ੍ਰਬੰਧ ਇੱਕ ਵਾਰ ਫੇਰ ਚੁਣੇ ਹੋਏ ਨੁਮਾਇੰਦਿਆਂ ਨੇ ਕਰਨਾ ਹੁੰਦਾ ਹੈ ਤੇ ਉਸ ਤੋਂ ਬਾਅਦ ਜਿਹੜਾ ਸਿਲਸਿਲਾ ਹੈ ਕਾਫੀ ਹੱਦ ਤੱਕ ਸਟ੍ਰੀਮ ਲਾਈਨ ਹੋ ਕੇ ਅੱਗੇ ਵਧਣਾ ਸ਼ੁਰੂ ਹੁੰਦਾ ਹੈ ਇਸ ਦੌਰਾਨ ਜਥੇਦਾਰ ਸੰਤੋਖ ਸਿੰਘ ਹੋਣਾ ਦੀ ਜਿਹੜੀ ਇਸ ਪੂਰੀ ਸੰਘਰਸ਼ ਦੇ ਵਿੱਚ ਭੂਮਿਕਾ ਰਹੀ ਹੁੰਦੀ ਹੈ ਕਾਫੀ ਅਹਿਮ ਰਹੀ ਹੁੰਦੀ ਹੈ ਕਿਉਂਕਿ ਉਹਨਾਂ ਨੇ ਡਟ ਕੇ ਸਟੈਂਡ ਲਿਆ ਹੁੰਦਾ ਤੇ 1975 ਤੱਕ ਦਾ ਐਸਾ ਸਮਾਂ ਹੁੰਦਾ ਹੈ ਜਦ ਤੱਕ ਉਹ ਇੰਦਰਾ ਗਾਂਧੀ ਦੇ ਨਾਲ ਉਹਨਾਂ ਦਾ ਜਿਹੜਾ 36 ਦਾ ਅੰਕੜਾ ਜਾਰੀ ਰਹਿੰਦਾ ਹੈ ਕਿਉਂਕਿ ਜਦੋਂ ਇਹ ਬਿਲ ਆਂਦਾ ਜਾਂਦਾ ਉਹ 1971 ਦੇ ਵਿੱਚ ਨਾਲ ਹੀ ਕਲੌਸ ਪਾਤਾ ਜਾਂਦਾ ਹੈ ਜਿਸ ਦੇ ਤਹਿਤ ਕਿ ਇਹ ਕਿਹਾ ਜਾਂਦਾ ਹੈ ਵੀ ਕੋਈ ਵੀ ਜਿਹੜਾ ਡੀਐਸਜੀਐਮਸੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਵਿੱਚ ਚੋਣ ਕੀਤਾ ਜਾਣ ਵਾਲਾ ਕੋਈ ਵੀ ਪ੍ਰਧਾਨ ਹੋਵੇਗਾ ਉਹ ਘੱਟੋ ਘੱਟ ਗਿਆਨੀ ਉਸਨੇ ਕੀਤੀ ਹੋਵੇ ਜਾਂ میٹرਿਕ ਪਾਸ ਹੋਵੇ ਸੋ ਇਸ ਕਿਸਮ ਦੀ ਐਜੂਕੇਸ਼ਨਲ ਕੁਆਲੀਫਿਕੇਸ਼ਨ ਜੋ ਕਿ ਲੋਕ ਸਭਾ ਤੇ ਵਿਧਾਨ ਸਭਾ ਦੇ ਵਿੱਚ ਚੁਣੇ ਜਾਣ ਵਾਲੇ ਐਮਐਲਏ ਐਮਪੀਜ਼ ਲਈ ਵੀ ਲਾਗੂ ਨਹੀਂ ਹੋਣੀ ਹੁੰਦੀ ਉਸ ਨੂੰ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਵਿੱਚ ਕੰਡੀਸ਼ਨ ਬਣਾਤਾ ਜਾਂਦਾ ਹੈ ਇਸ ਦਾ ਕਾਰਨ ਨਹੀਂ ਹੁੰਦਾ ਵੀ ਜੱਥੇਦਾਰ ਸੰਤੋਖ ਸਿੰਘ ਜਿਹੜੇ ਹੈ ਉਹ ਜ਼ਿਆਦਾ ਪੜੇ ਲਿਖੇ ਨਹੀਂ ਹੁੰਦੇ میٹرਿਕ ਉਹਨਾਂ ਨੇ ਨਹੀਂ ਕੀਤੀ ਹੁੰਦੀ ਜਥੇਦਾਰ ਸੰਤੋਖ ਸਿੰਘ ਬਹੁਤ ਹੀ ਹੰਬਲ ਬੈਕਗ੍ਰਾਉਂਡ ਤੋਂ ਉੱਭਰ ਕੇ ਇੱਕ ਅਕਾਲੀ ਲੀਡਰਸ਼ਿਪ ਦੇ ਵਿੱਚ ਆਏ ਹੁੰਦੇ ਨੇ ਮਾਸਟਰ ਤਾਰਾ ਸਿੰਘ ਉਹਨਾਂ ਦੇ ਨਾਲ ਉਹਨਾਂ ਦੀ ਬੜੀ ਨੇੜਤਾ ਰਹੀ ਹੁੰਦੀ ਹੈ ਸੰਤ ਫਤਿਹ ਸਿੰਘ ਤੇ ਮਾਸਟਰ ਤਾਰਾ ਸਿੰਘ ਨੂੰ ਵੀ ਕਾਫੀ ਹੱਦ ਤੱਕ ਆਪਸ ਦੇ ਵਿੱਚ ਨੇੜੇ ਲਿਆਉਣ ਦੇ ਵਿੱਚ ਉਹਨਾਂ ਨੇ ਕਾਫੀ ਯਤਨ ਕੀਤੇ ਹੁੰਦੇ ਨੇ ਭੂਮਿਕਾ ਉਹਨਾਂ ਦੀ ਅਹਿਮ ਰਹੀ ਹੁੰਦੀ ਹੈ ਮਾਸਟਰ ਤਾਰਾ ਸਿੰਘ ਜੋ ਕਿ ਆਪਣੇ ਕੈਰੀਅਰ ਦੇ ਆਖਰੀ ਦੇ ਕੁਝ ਸਾਲਾਂ ਜਾਂ ਇੱਕ ਅਦੇ ਦਹਾਕੇ ਦੇ ਵਿੱਚ ਬਹੁਤ ਉਹਨਾਂ ਦਾ ਨਿਗਾਰ ਵੇਖਿਆ ਉਹਨਾਂ ਨੂੰ ਆਖਰੀ ਸਮੇਂ ਤੇ ਜਥੇਦਾਰ ਸੰਤੋਖ ਸਿੰਘ ਉਹਨਾਂ ਵੱਲੋਂ ਕਾਫੀ ਜ਼ਿਆਦਾ ਸਪੋਰਟ ਹਰ ਤਰੀਕੇ ਦੀ ਮਿਲਦੀ ਰਹੀ ਸੋ ਜਥੇਦਾਰ ਸੰਤੋਖ ਸਿੰਘ ਦੀ ਇੱਕ ਅਹਿਮ ਭੂਮਿਕਾ ਹੁੰਦੀ ਹੈ ਤੇ ਇੰਦਰਾ ਗਾਂਧੀ ਦੀ ਅੱਖ ਦੇ ਵਿੱਚ ਜਥੇਦਾਰ ਸੰਤੋਖ ਸਿੰਘ 1975 ਤੱਕ ਰੜਕਦੇ ਰਹਿੰਦੇ ਨੇ ਇਸ ਦਾ ਇੱਕ ਅਹਿਮ ਕਾਰਨ ਇਹ ਵੀ ਹੁੰਦਾ ਹੈ ਵੀ ਜਥੇਦਾਰ ਸੰਤੋਖ ਸਿੰਘ ਇੱਕ ਵੱਡੇ ਆਗੂ ਹੁੰਦੇ ਨੇ ਤੇ ਇੰਦਰਾ ਗਾਂਧੀ ਕਿਤੇ ਨਾ ਕਿਤੇ ਪੰਜਾਬ ਦੇ ਅਕਾਲੀ ਲੀਡਰਾਂ ਜਾਂ ਲੀਡਰਸ਼ਿਪ ਨੂੰ ਇੱਕ ਮੁਕਾਬਲਾ ਦੇਣਾ ਚਾਹੁੰਦੀ ਹੁੰਦੀ ਹੈ ਕਿਉਂਕਿ ਉਸ ਨੂੰ ਨਜ਼ਰ ਆ ਰਿਹਾ ਹੁੰਦਾ ਵੀ ਜਥੇਦਾਰ ਸੰਤੋਖ ਸਿੰਘ ਦੇ ਵਿੱਚੋਂ ਬੰਦਾ ਨਜ਼ਰ ਆ ਰਿਹਾ ਹੈ ਲੇਕਿਨ ਇਹ ਆਪਣੇ ਤਰੀਕੇ ਨਾਲ ਕੰਮ ਕਰਨ ਵਾਲਾ ਲੀਡਰ ਹੈ 1975 ਦੇ ਵਿੱਚ ਸਥਿਤੀ ਥੋੜੀ ਜਿਹੀ ਬਦਲਦੀ ਹੈ ਕਿਉਂਕਿ ਜਦੋਂ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਲੀਡਰਸ਼ਿਪ ਜਿਹੜੀ ਹੁੰਦੀ ਹੈ ਉਹ ਇੰਦਰਾ ਗਾਂਧੀ ਦੇ ਕਾਫੀ ਵਿਰੋਧ ਦੇ ਵਿੱਚ ਹੁੰਦੀ ਹੈ ਹਮੇਸ਼ਾ ਤੋਂ ਹੀ ਵਿਰੋਧ ਦੇ ਵਿੱਚ ਰਹੀ ਹੁੰਦੀ ਹੈ ਲੇਕਿਨ ਇੰਦਰਾ ਗਾਂਧੀ ਦੀ ਇੱਕ ਚੌਂਡ ਪਟੀਸ਼ਨ ਹੈ ਇਲੈਕਸ਼ਨ ਪਟੀਸ਼ਨ ਦੇ ਵਿੱਚ ਅਕਾਲੀ ਦਲ ਦੀ ਜਿਹੜੀ ਸਪੋਰਟ ਹੈ ਉਹ ਇੰਦਰਾ ਗਾਂਧੀ ਵੱਲੋਂ ਮੰਗੀ ਜਾਂਦੀ ਹੈ ਉਸ ਚੀਜ਼ ਦੀ ਦਰਕਾਰ ਇੰਦਰਾ ਗਾਂਧੀ ਨੂੰ ਹੁੰਦੀ ਹੈ ਸੋ ਇੱਕ ਆਪਸ ਦੇ ਵਿੱਚ ਇੱਕ ਮੀਟਿੰਗ ਹੁੰਦੀ ਹੈ ਜੱਥੇਦਾਰ ਗੁਰਚਰਨ ਸਿੰਘ ਟੋੜਾ ਦੀ ਉਸ ਵਕਤ ਇੰਦਰਾ ਗਾਂਧੀ ਦੇ ਨਾਲ ਜਿਸ ਨੂੰ ਕੀ ਕਰਵਾਇਆ ਜੱਥੇਦਾਰ ਸੰਤੋਖ ਸਿੰਘ ਹੋਣਾ ਵੱਲੋਂ ਗਿਆ ਹੁੰਦਾ ਸੋ ਜੱਥੇਦਾਰ ਸੰਤੋਖ ਸਿੰਘ ਵੱਲੋਂ ਟੋੜਾ ਤੇ ਇੰਦਰਾ ਗਾਂਧੀ ਦੀ ਇਸ ਮੀਟਿੰਗ ਦੇ ਵਿੱਚ ਕੁਝ ਐਸੀਆਂ ਕੰਸੈਸ਼ਨਸ ਦੀ ਗੱਲ ਹੁੰਦੀ ਹੈ ਜਿਸ ਵਿੱਚ ਕਿ ਪੰਜਾਬ ਦੀਆਂ ਸਾਰੀਆਂ ਆਊਟਸਟੈਂਡਿੰਗ ਜ ਪਾਣੀਆਂ ਦੇ ਮੁੱਦੇ ਨੂੰ ਚੰਡੀਗੜ੍ਹ ਨੂੰ ਪੰਜਾਬ ਦੇਣ ਦੇ ਮੁੱਦੇ ਨੂੰ ਕਈ ਜਿਹੜੇ ਭਰੋਸੇ ਇੰਦਰਾ ਗਾਂਧੀ ਨੇ ਦੇਤੇ ਹੁੰਦੇ ਨੇ ਲੇਕਿਨ ਇੰਦਰਾ ਗਾਂਧੀ ਨੂੰ ਅਕਾਲੀਆਂ ਦਾ ਸਾਥ ਚਾਹੀਦਾ ਹੁੰਦਾ ਆਪਣੇ ਖਿਲਾਫ ਜਿਹੜੀ ਇਲੈਕਸ਼ਨ ਪਟੀਸ਼ਨ ਉਸ ਦੇ ਲਈ ਅਪੀਲ ਕਰਨ ਲਈ ਸੁਪਰੀਮ ਕੋਰਟ ਜਾਣ ਲਈ ਇੰਦਰਾ ਗਾਂਧੀ ਵੱਲੋਂ ਇਸ ਤਰੀਕੇ ਦੀ ਇੱਕ ਇੱਕ ਲੰਬੰਦੀ ਹੁੰਦੀ ਹੈ ਉਹ ਪਬਲਿਕ opinion ਨੂੰ ਮੋਬਾਈਲਾਈਜ਼ ਕਰ ਰਹੀ ਹੁੰਦੀ ਹੈ ਦੂਸਰੇ ਪਾਸੇ ਐਮਰਜੈਂਸੀ ਦਾ ਦੌਰ ਵੀ ਲਗਭਗ ਆਣੀ ਵਾਲਾ ਹੁੰਦਾ ਹੈ ਇਹਨਾਂ ਸਾਰੇ ਹਾਲਾਤਾਂ ਦੇ ਵਿੱਚ ਇਹ ਜਿਹੜੀ ਇੱਕ ਮੀਟਿੰਗ ਹੁੰਦੀ ਹੈ ਇਹ ਬਹੁਤ ਅਹਿਮ ਹੁੰਦੀ ਹੈ ਲੇਕਿਨ ਇਸ ਮੀਟਿੰਗ ਤੋਂ ਬਾਅਦ ਜਥੇਦਾਰ ਗੁਰਚਰਨ ਸਿੰਘ ਟੌਣਾ ਜਦੋਂ ਅੰਮ੍ਰਿਤਸਰ ਪਹੁੰਚਦੇ ਨੇ ਉੱਥੇ ਇੱਕ ਹੰਗਾਮੀ ਮੀਟਿੰਗ ਬੁਲਾ ਕੇ ਅਕਾਲੀ ਦਲ ਦੀ ਉਸ ਦੇ ਵਿੱਚ ਜਿਹੜਾ ਸਟੈਂਡ ਹੈ ਬਿਲਕੁਲ ਬਦਲ ਲਿਆ ਜਾਂਦਾ ਹੈ ਪ੍ਰਕਾਸ਼ ਸਿੰਘ ਬਾਦਲ ਜਿਹੜੇ ਹੁੰਦੇ ਨੇ ਉਸ ਵਕਤ ਇੱਕ ਬਹੁਤ ਅਹਿਮ ਭੂਮਿਕਾ ਅਦਾ ਕਰਦੇ ਨੇ ਦੱਸਿਆ ਜਾਂਦਾ ਵੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਜ਼ੋਰ ਲਗਾਇਆ ਜਾਂਦਾ ਹੈ ਵੀ ਜਥੇਦਾਰ ਸੰਤੋਖ ਸਿੰਘ ਜਿਨ੍ਹਾਂ ਦਾ ਉਭਾਰ ਹੋ ਰਿਹਾ ਹੁੰਦਾ ਹੈ ਖਾਸ ਕਰਕੇ ਜਿਸ ਤਰੀਕੇ ਦੀ ਉਹ ਮੀਡੀਏਸ਼ਨ ਕਰ ਰਹੇ ਹੁੰਦੇ ਨੇ ਇੰਦਰਾ ਗਾਂਧੀ ਦੇ ਨਾਲ ਗੱਲਬਾਤ ਤੇ ਉਸ ਜਿਹੜਾ ਦੌਰ ਹੈ ਸਿਲਸਿਲਾ ਚੱਲ ਰਿਹਾ ਹੁੰਦਾ ਗੱਲਾਂ ਬਾਤਾਂ ਦਾ ਉਸ ਤੋਂ ਕਾਫੀ ਹੱਦ ਤੱਕ ਇਨਸਿਕਿਉਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਇਸ ਤਰੀਕੇ ਦਾ ਇੱਕ ਸੁਝਾਅ ਲੈ ਕੇ ਆਇਆ ਜਾਂਦਾ ਜਿਸ ਤੋਂ ਬਾਅਦ ਕਿ 6 ਸਾਲ ਲਈ ਜਿਹੜੀ ਆਪਣੀ ਮੈਂਬਰਸ਼ਿਪ ਹੁੰਦੀ ਹੈ ਅਕਾਲੀ ਦਲ ਦੀ ਉਸ ਵਿੱਚੋਂ ਛੇਕਤਾ ਜਾਂਦਾ ਹੈ ਅਕਾਲੀ ਦਲ ਤੋਂ ਬਾਹਰ ਜਿਹੜਾ ਹੈ ਜਥੇਦਾਰ ਸੰਤੋਖ ਸਿੰਘ ਉਹਨਾਂ ਨੂੰ ਕਰਤਾ ਜਾਂਦਾ ਹੈ ਉਹਨਾਂ ਦੀ ਐਸੀ ਗਤੀਵਿਧੀਆਂ ਜਾਂ ਇੰਦਰਾ ਗਾਂਧੀ ਦੇ ਨਾਲ ਉਹਨਾਂ ਦੀ ਜਿਹੜੀ ਗੱਲਬਾਤ ਕਰਨ ਦੀ ਜਾਂ ਕਾਂਗਰਸ ਦੇ ਨਾਲ ਜਿਹੜੀ ਉਹਨਾਂ ਦੀ 네ਗੋਸ਼ੀਏਸ਼ਨ ਕਰਨ ਦੀ ਪੂਰੀ ਗੱਲਬਾਤ ਇਹ ਸਾਰਾ ਇੱਕ ਸੰਦਰਭ ਬਣਾ ਕੇ ਜਥੇਦਾਰ ਸੰਤੋਖ ਸਿੰਘ ਨੂੰ ਅਕਾਲੀ ਦਰ ਲੋਂਗੋਵਾਲ ਉਸ ਵਕਤ ਹੁੰਦਾ ਹੈ ਸ਼ਰੂਮਣੀ ਕਾਲੀ ਦਰ ਲੋਂਗੋਵਾਲ ਉੱਥੋਂ ਕੱਢਤਾ ਜਾਂਦਾ ਇਸ ਚੀਜ਼ ਦਾ ਜਿਹੜਾ ਰਸਮੀ ਐਲਾਨ ਹੈ ਸੁਰਜੀਤ ਸਿੰਘ ਬਰਨਾਲਾ ਵੱਲੋਂ ਕੀਤਾ ਦੱਸਿਆ ਜਾਂਦਾ ਚਾਹਤ ਕਿ ਇਸ ਦੇ ਪਿੱਛੇ ਪ੍ਰਕਾਸ਼ ਸਿੰਘ ਬਾਦਲ ਤੇ ਹੋਰ ਲੀਡਰ ਵੀ ਦੱਸੇ ਜਾਂਦੇ ਨੇ ਸੋ ਇਹ ਇੱਕ ਕਹਾਣੀ ਹੁੰਦੀ ਹੈ ਤੇ ਟਰਨਿੰਗ ਪੁਆਇੰਟ ਵੀ ਹੁੰਦਾ ਹੈ 1975 ਤੋਂ ਲੈ ਕੇ 1979 ਤੇ 80 ਤੱਕ ਦਾ ਫਿਰ ਐਸਾ ਵਕਾ ਹੁੰਦਾ ਜਦੋਂ ਕਿ ਹੁਣ ਇੰਦਰਾ ਗਾਂਧੀ ਤੇ ਗਿਆਨੀ ਜ਼ੈਲ ਸਿੰਘ ਕਿਉਂਕਿ ਇੰਦਰਾ ਗਾਂਧੀ ਤੇ ਗਿਆਨੀ ਜ਼ੈਲ ਸਿੰਘ ਨੂੰ ਜੱਥੇਦਾਰ ਸੰਤੋਖ ਸਿੰਘ ਉਹਨਾਂ ਦੇ ਵਿੱਚ ਇੱਕ ਐਸਾ ਲੀਡਰ ਲੱਭ ਚੁੱਕਾ ਹੁੰਦਾ ਹੈ ਜੋ ਕਿ ਅਕਾਲੀਆਂ ਨੂੰ ਇੱਕ ਟੱਕਰ ਦੇ ਸਕਦਾ ਹੁੰਦਾ ਕਿਉਂਕਿ ਵਿਅਕਤੀਗਤ ਤੌਰ ਤੇ ਇੱਕ irdar ਦੇ ਪੱਖੋਂ ਇੱਕ ਉਹਨਾਂ ਦਾ ਜਿਹੜਾ ਇੱਕ ਰੈਪਿਊਟੇਸ਼ਨ ਹੁੰਦਾ ਉਹ ਕਾਫੀ ਮਜ਼ਬੂਤ ਹੁੰਦਾ ਹੈ ਦਿੱਲੀ ਦੇ ਸਿੱਖਾਂ ਦੀ ਨੁਮਾਇੰਦਾ ਜਮਾਤ ਵੱਜੋਂ ਵੀ ਜੱਥੇਦਾਰ ਸੰਤੋਖ ਸਿੰਘ ਵੱਲੋਂ ਕਈ ਆਸਾਂ ਹੁੰਦੀਆਂ ਨੇ ਸੋ ਗਿਆਨੀ ਜ਼ੈਲ ਸਿੰਘ ਅਤੇ ਇੰਦਰਾ ਗਾਂਧੀ ਦੀਆਂ ਨਜ਼ਰਾਂ ਅਜੇ ਹੀ ਇੱਕ ਸਿੱਖ ਲੀਡਰ ਪੰਥਕ ਲੀਡਰ ਉੱਤੇ ਹੁੰਦੀਆਂ ਨੇ ਜੋ ਕਿ ਕਾਫੀ ਹੱਦ ਤੱਕ ਇੱਕ ਵੱਡਾ ਤੇ ਕਿਰਦਾਰ ਵਾਲਾ ਚਿਹਰਾ ਵੀ ਹੁੰਦਾ ਹੈ ਤੇ ਕਿਰਦਾਰ ਵਾਲਾ ਇੱਕ ਸ਼ਖਸ ਵੀ ਹੁੰਦਾ ਹੈ ਇਹਨਾਂ ਹਾਲਾਤਾਂ ਦੇ ਵਿੱਚ ਜਦੋਂ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਹੀ ਇੱਕ ਤਰੀਕੇ ਨਾਲ ਵਿਸਾਰਤਾ ਜਾਂਦਾ ਜਥੇਦਾਰ ਸੰਤੋਖ ਸਿੰਘ ਉਹਨਾਂ ਨੂੰ ਉਸ ਤੋਂ ਬਾਅਦ ਸਥਿਤੀ ਥੋੜੀ ਜੀ ਬਦਲਦੀ ਹੈ ਉਸ ਤੋਂ ਬਾਅਦ ਕੁਝ ਐਸੇ ਘਟਨਾਕਰਮ ਹੁੰਦੇ ਨੇ ਕਿਉਂਕਿ ਇੰਦਰਾ ਐਮਰਜੈਂਸੀ ਦਾ ਦੌਰ ਲਾਂਤ ਤੋਂ ਬਾਅਦ ਇੰਦਰਾ ਗਾਂਧੀ ਬਾਹਰ ਆਊਟ ਆਫ ਪਾਰ ਚਲੇ ਜਾਂਦੇ ਹੈਗੇ ਨੇ ਜਨਤਾ ਪਾਰਟੀ ਦੀ ਸਰਕਾਰ ਆ ਜਾਂਦੀ ਹੈ ਇੱਧਰ ਪੰਜਾਬ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਗਵਰਨਮੈਂਟ ਆ ਚੁੱਕੀ ਹੁੰਦੀ ਹੈ ਦਰਬਾਰਾ ਸਿੰਘ ਜਿਹੜੇ ਹੁੰਦੇ ਨੇ ਪੰਜਾਬ ਦੇ ਚੀਫ ਮਿਨਿਸਟਰ ਜਿਨ੍ਹਾਂ ਨੇ 1980 ਦੇ ਵਿੱਚ ਬਣਨਾ ਹੁੰਦਾ ਉਸ ਦੌਰਾਨ ਉਹਨਾਂ ਦੀ ਜਿਹੜੀ ਨਜ਼ਦੀਕੀਆਂ ਹੈ ਉਹ ਵੀ ਜਥੇਦਾਰ ਸੰਤੋਖ ਸਿੰਘ ਉਹਨਾਂ ਨਾਲ ਵਾਧੀਆਂ ਨੇ ਤੇ 1978 ਦੇ ਨਿਰੰਕਾਰੀ ਕਾਂਡ ਤੋਂ ਬਾਅਦ ਜਦੋਂ ਸੰਤ ਜਰਨੈਲ ਸਿੰਘ ਪਿੰਡਰਾਵਾਲਾ ਹੋਣਾ ਦਾ ਉਭਾਰ ਹੋਣਾ ਸ਼ੁਰੂ ਹੁੰਦਾ ਹੈ 1979 ਤੇ 80 ਆਉਂਦਿਆਂ ਆਉਂਦਿਆਂ ਸੰਤ ਜਰਨੈਲ ਸਿੰਘ ਪਿੰਡਰਾਵਾਲਾ ਅਤੇ ਜਥੇਦਾਰ ਸੰਤੋਖ ਸਿੰਘ ਦੀ ਵੀ ਨੇੜਤਾ ਵਾਧੀ ਹੈ ਸੋ ਇੱਕ ਜਥੇਦਾਰ ਸੰਤੋਖ ਸਿੰਘ ਦੇ ਵਿੱਚ ਇੱਕ ਐਸਾ ਕਿਰਦਾਰ ਮੈਂ ਸਮਝ ਪਾ ਰਹੇ ਹਾਂ ਜੋ ਕਿ ਇੱਕ ਪਾਸੇ ਦਰਬਾਰਾ ਸਿੰਘ ਦੇ ਵੀ ਨੇੜੇ ਮੰਨਿਆ ਜਾਂਦਾ ਕਿਉਂਕਿ ਬਾਅਦ ਦੇ ਵਿੱਚ ਇਹ ਸਮਝਿਆ ਜਾਂਦਾ ਵੀ ਗਿਆਨੀ ਜ਼ੈਲ ਸਿੰਘ ਜਥੇਦਾਰ ਸੰਤੋਖ ਸਿੰਘ ਤੋਂ ਓਕੇ ਇਸ ਵਾਸਤੇ ਜ਼ਿਆਦਾ ਰਹੇ ਕਿਉਂਕਿ ਦਰਬਾਰਾ ਸਿੰਘ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਦੀ ਜਿਹੜੀ ਸਿਫਾਰਸ਼ ਸੀ ਉਹ ਵੀ ਜਥੇਦਾਰ ਸੰਤੋਖ ਸਿੰਘ ਦੇ ਹਲਕਿਆਂ ਤੋਂ ਹੀ ਤੋਰੀ ਗਈ ਸੀ ਸੋ ਇੰਦਰਾ ਗਾਂਧੀ ਉੱਤੇ ਇਨਸਿਸਟ ਕੀਤਾ ਕਿਉਂਕਿ 1979 ਤੱਕ 75 ਤੋਂ ਲੈ ਕੇ 79 ਤੱਕ ਦਾ ਜਿਹੜਾ ਵਕਤ ਸੀ 79 ਤੱਕ ਦਾ ਜਥੇਦਾਰ ਸੰਤੋਖ ਸਿੰਘ ਉਹਨਾਂ ਦੀ ਗੱਲਬਾਤ ਨੂੰ ਕੇਂਦਰ ਸੁਣ ਵੀ ਰਿਹਾ ਸੀ ਅ ਇੰਦਰਾ ਗਾਂਧੀ ਬਤੌਰ ਇੱਕ ਪਾਰਟੀ ਵੀ ਸੁਣ ਰਹੀ ਸੀ ਲੇਕਿਨ 1980 ਦੇ ਵੀ ਜਦੋਂ ਇੰਦਰਾ ਗਾਂਧੀ ਚੀਫ ਮਿਨਿਸਟਰ ਬਣਦੀ ਹੈ ਤੇ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਆਉਂਦੀ ਹੈ ਉਸ ਤਿਥੀ ਦੇ ਵਿੱਚ ਦਰਬਾਰਾ ਸਿੰਘ ਨੂੰ ਮੁੱਖ ਮੰਤਰੀ ਬਣਾ ਕੇ ਉਹ ਵੀ ਸਿਫਾਰਿਸ਼ ਜਿਹੜੀ ਹੈ ਜਥੇਦਾਰ ਸੰਤੋਖ ਸਿੰਘ ਵੱਲੋਂ ਆਈ ਹੁੰਦੀ ਹੈ ਇਸ ਤੋਂ ਬਾਅਦ ਗਿਆਨੀ ਜ਼ੈਲ ਸਿੰਘ ਨੂੰ ਥੋੜੀ ਜਿਹੀ ਜਿਹੜੀ ਅ ਨਿਰਾਸ਼ਾ ਜਿਹੜੀ ਹੈ ਹੋਈ ਹੁੰਦੀ ਹੈ ਤਾਂ ਉਸ ਤੋਂ ਬਾਅਦ ਗਿਆਨੀ ਜ਼ੈਲ ਸਿੰਘ ਦਾ ਜਿਹੜਾ ਇੱਕ ਪੂਰਾ ਸਿਸਟਮ ਰਿਹਾ ਹੈ ਜਾਂ ਉਹਨਾਂ ਦਾ ਜਿਹ ਇੱਕ ਵਤੀਰਾ ਸੀ ਉਹ ਜਥੇਦਾਰ ਸੰਤੋਖ ਸਿੰਘ ਪ੍ਰਤੀ ਬਦਲਿਆ ਹੋਇਆ ਦੱਸਿਆ ਜਾਂਦਾ ਹੈ ਲੇਕਿਨ ਇਸ ਦੌਰਾਨ ਜਿਹੜੀ ਜਥ ਸੰਤ ਜਰਨੈ ਤਾਲਬੇਲ ਹੁੰਦਾ ਸੰਤੋਖ ਸਿੰਘ ਜਥੇਦਾਰ ਸੰਤੋਖ ਸਿੰਘ ਹੋਣਾ ਦਾ ਉਹ ਵਾਧ ਰਿਆ ਹੁੰਦਾ 1980 ਤੇ 1981 ਦੇ ਉਹ ਦੋ ਸਾਲ ਹੁੰਦੇ ਨੇ ਜਦੋਂ ਕਿ ਜਥੇਦਾਰ ਸੰਤੋਖ ਸਿੰਘ ਹੋਣਾ ਵੱਲੋਂ ਸੰਤ ਜਰਨੈਲ ਸਿੰਘ ਪਿੰਡਰਾ ਵਾਲੇ ਦੇ ਨਾਲ ਕਈ ਮੁਲਾਕਾਤਾਂ ਕੀਤੀਆਂ ਜਾਂਦੀਆਂ ਨੇ ਕਈ ਐਸੇ ਮੌਕੇ ਹੁੰਦੇ ਨੇ ਜਦੋਂ ਕਿ ਸੰਤ ਪਿੰਡਰਾ ਵਾਲੇ ਹੋਣਾ ਨੂੰ ਦਿੱਲੀ ਸੱਦਿਆ ਜਾਂਦਾ ਹੈ ਦਿੱਲੀ ਦੇ ਵਿੱਚ ਜਿਹੜਾ ਮਾਰਚ ਕੱਢਿਆ ਜਾਂਦਾ ਸੰਤ ਜਰਨੈਲ ਸਿੰਘ ਪਿੰਡਰਾ ਵਾਲਾ ਤੇ ਉਹਨਾਂ ਦੇ ਸਮਰਥਕਾਂ ਵੱਲੋਂ ਉਸ ਦੇ ਛਤਾਂ ਦੇ ਉੱਤੇ ਬੈਠ ਕੇ ਆਪਣੇ ਹਥਿਆਰ ਬੰਦ ਜਿਹੜੇ ਉਹਨਾਂ ਦੇ ਸਮਰਥਕ ਹੁੰਦੇ ਨੇ ਸੰਤ ਜਰਨੈਲ ਸਿੰਘ ਪਿੰਡਰਾ ਵਾਲਾ ਜਾਂਦੇ ਨੇ ਉਹ ਸਾਰੇ ਦੀ ਸਾਰੀ ਜਿਹੜੀ ਗਤੀਵਿਧੀ ਹੁੰਦੀ ਐ ਐਕਟੀਵਿਟੀ ਹੁੰਦੀ ਐ ਉਸ ਦੌਰਾਨ ਜਥੇਦਾਰ ਸੰਤੋਖ ਸਿੰਘ ਦੀ ਭੂਮਿਕਾ ਕਾਫੀ ਅਹਿਮ ਹੁੰਦੀ ਐ ਤੇ ਉਹੀ ਕਾਰਨ ਵੀ ਹੁੰਦੇ ਨੇ ਦੀ 1979 ਤੋਂ ਬਾਅਦ ਜਥੇਦਾਰ ਸੰਤੋਖ ਸਿੰਘ ਦੀ ਜਿਹੜੀ ਦੂਰੀਆਂ ਹੈਗੀਆਂ ਨੇ ਉਹ ਇੰਦਰਾ ਗਾਂਧੀ ਜਾਂ ਫਿਰ ਕੇਂਦਰ ਦੇ ਵਿੱਚੋਂ ਹੋਣੀਆਂ ਸ਼ੁਰੂ ਹੁੰਦੀਆਂ ਨੇ 1980 81 ਦੀ ਮੈਂ 81 ਦੇ ਸਾਲ ਦੀ ਗੱਲ ਕਰ ਰਿਹਾ ਜਦੋਂ ਕਿ ਸਭ ਕੁਝ ਹੋ ਰਿਹਾ ਹੁੰਦਾ ਹੈ 1981 ਦਾ ਸਾਲ ਕਾਫੀ ਜ਼ਿਆਦਾ ਮਹੱਤਵਪੂਰਨ ਹੁੰਦਾ ਹੈ ਇਹੀ ਉਹ ਸਾਲ ਹੁੰਦਾ ਜਦੋਂ ਕਿ ਸੰਤ ਜਰਨੈਲ ਸਿੰਘ ਪਿੰਡਵਾਲਾ ਹੋਣਾ ਦੇ ਨਾਲ ਹੋਰ ਜਿਹੜੀ ਨੇੜਤਾ ਜਥੇਦਾਰ ਸੰਤੋਖ ਸਿੰਘ ਉਹਨਾਂ ਦੀ ਇਹੀ ਉਹ ਸਾਲ ਹੁੰਦਾ ਜਦੋਂ ਕਿ ਇੰਦਰਾ ਗਾਂਧੀ ਤੇ ਗਿਆਨੀ ਜ਼ੈਲ ਸਿੰਘ ਵਰਗੇ ਉਹ ਹੁਕਮਰਾਨ ਜਿਹੜੇ ਹੁੰਦੇ ਨੇ ਉਹਨਾਂ ਦੀ ਆਸ ਤੇ ਉਮੀਦ ਇਹ ਹੁੰਦੀ ਹੈ ਵੀ ਜੱਥੇਦਾਰ ਸੰਤੋਖ ਸਿੰਘ ਉਹਨਾਂ ਨੂੰ ਅਕਾਲੀ ਦਲ ਦੇ ਖਿਲਾਫ ਵਰਤਿਆ ਜਾ ਸਕੇਗਾ ਪੰਜਾਬ ਦੇ ਵਿੱਚ ਵੀ ਨਿਊਟਰਲਾਈਜ਼ ਕਾਫੀ ਹੱਦ ਤੱਕ ਅਕਾਲੀ ਦਲ ਦਾ ਜਿਹੜਾ ਇਫੈਕਟ ਹੈ ਉਸ ਨੂੰ ਕੀਤਾ ਜਾ ਸਕਦਾ ਹੈ ਲੇਕਿਨ ਇਸ ਗੇਮ ਦੇ ਵਿੱਚ ਜੱਥੇਦਾਰ ਸੰਤੋਖ ਸਿੰਘ ਨਹੀਂ ਆਉਂਦੇ ਇੱਕ ਐਸਾ ਮੌਕਾ ਤੇ ਇੱਕ ਸਬਬ ਬਣਦਾ ਜਦੋਂ ਕਿ ਜੱਥੇਦਾਰ ਗੁਰਚਰਨ ਸਿੰਘ ਟੋੜਾ ਤੇ ਉਸ ਵਕਤ ਦੇ ਜਿਹੜੇ ਅਕਾਲ ਤਖਤ ਦੇ ਜੱਥੇਦਾਰ ਅਜਨੋਹਾ ਸਾਹਿਬ ਹੁੰਦੇ ਨੇ ਉਹਨਾਂ ਵੱਲੋਂ ਲੰਡਨ ਵਿੱਚ ਇੱਕ ਫੇਰੀ ਕੀਤੀ ਜਾਂਦੀ ਹੈ ਜਿਸ ਕਾਫੀ ਹੱਦ ਤੱਕ ਨਾਰੇਬਾਜ਼ੀ ਖਾਲਿਸਤਾਨ ਦੇ ਸਮਰਥਨ ਵਿੱਚ ਉੱਥੇ ਹੋ ਜਾਂਦੀ ਹੈ ਪੱਗਾਂ ਉੱਥੇ ਲੱਤ ਜਾਂਦੇ ਨੇ ਕਾਫੀ ਹੋ ਖੱਲਾ ਉਸ ਸਮਾਗਮ ਦੇ ਵਿੱਚ ਹੁੰਦਾ ਹੈ ਉਸ ਦੀਆਂ ਤਸਵੀਰਾਂ ਜਿਹੜੀਆਂ ਹੁੰਦੀਆਂ ਨੇ ਉਸ ਉਹ ਅਖਬਾਰਾਂ ਵਿੱਚ ਛਪਦੀਆਂ ਨੇ ਜਿਸ ਤੋਂ ਬਾਅਦ ਕਿ ਜਥੇਦਾਰ ਸੰਤੋਖ ਸਿੰਘ ਵੱਲੋਂ ਇੱਕ ਬਿਆਨ ਜਾਰੀ ਕੀਤਾ ਜਾਂਦਾ ਹੈ ਇਸ ਬਿਆਨ ਦੇ ਵਿੱਚ ਉਹ ਜਥੇਦਾਰ ਜਿਹੜੇ ਅਕਾਲ ਤਖਤ ਅਤੇ ਐਸਜੀਪੀਸੀ ਦੇ ਪ੍ਰਧਾਨ ਗੁਰਚਰਨ ਸਿੰਘ ਟੋੜਾ ਵੱਲੋਂ ਇਸ ਤਰੀਕੇ ਦੇ ਸਮਾਗਮਾਂ ਦੇ ਵਿੱਚ ਸ਼ਿਰਕਤ ਕਰਨਾ ਜੋ ਕਿ ਉਹਨਾਂ ਨੂੰ ਨਹੀਂ ਸ਼ੋਭਦੀਆਂ ਹੁੰਦੀਆਂ ਉਸ ਬਾਬਤ ਕੋਈ ਕਮੈਂਟ ਦਿੰਦੇ ਨੇ ਜਿਸ ਤੋਂ ਬਾਅਦ ਕਿ ਉਹਨਾਂ ਨੂੰ ਅਕਾਲ ਤਖਤ ਵੱਲੋਂ ਸੱਦ ਲਿਆ ਜਾਂਦਾ ਹੈ ਸ੍ਰੀ ਅਕ 9 ਸਤੰਬਰ uh, 1981 ਦੀ ਡੇਟ ਥੋੜੀ ਮਹੱਤਵਪੂਰਨ ਹੈ 10 ਸਤੰਬਰ 1981 ਨੂੰ ਅਕਾਲ ਤਖਤ ਵੱਲੋਂ ਸਮਨ ਕੀਤਾ ਜਾਂਦਾ ਹੈ ਯਾਨੀ ਕਿ ਉਸ ਦਿਨ ਉਹਨਾਂ ਨੂੰ ਅਕਾਲ ਤਖਤ ਸਾਹਮਣੇ ਪੇਸ਼ ਹੋਣਾ ਹੁੰਦਾ ਹੈ ਤੇ 9 ਸਤੰਬਰ 1981 ਨੂੰ ਲਾਲਾ ਜਗਤ ਨਾਰਾਇਣ ਦੀ ਹੱਤਿਆ ਕਰਤੀ ਗਈ ਹੁੰਦੀ ਹੈ ਉਹਨਾਂ ਦਾ ਕਤਲ ਕਰਤਾ ਜਾਂਦਾ ਹੈ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਇੱਕ ਬਹੁਤ ਵੱਡੇ ਪੱਦਰ ਦਾ ਜਿਹੜਾ ਜਿਹੜਾ ਗਤੀਰੋਧ ਹੁੰਦਾ ਹੈ ਜਿਹੜਾ ਫਿਰਕੂ ਮਾਹੌਲ ਹੁੰਦਾ ਹੈ ਪੰਜਾਬ ਦਾ ਉਹ ਵੀ ਖਰਾਬ ਹੋ ਰਿਹਾ ਹੁੰਦਾ ਦੱਸਿਆ ਜਾਂਦਾ ਵੀ ਜਥੇਦਾਰ ਸੰਤੋਖ ਸਿੰਘ ਅਕਾਲ ਤਖਤ ਲਈ ਰਵਾਨਾ ਹੋਣ ਲਈ ਅੰਮ੍ਰਿਤਸਰ ਵੱਲ ਜਾਣ ਲਈ ਟਰੇਨ ਫੜਨ ਲੱਗਦੇ ਨੇ ਤੇ ਉਸ ਤੋਂ ਪਹਿਲਾਂ ਉਹਨਾਂ ਕੋਲ ਇੰਦਰਾ ਗਾਂਧੀ ਦਾ ਸੁਨੇਹਾ ਆਂਦਾ ਜਿਸ ਵਿੱਚ ਕੀ ਦੱਸਿਆ ਜਾਂਦਾ ਕਿ ਇਸ ਸੱਦੇ ਦੇ ਤਹਿਤ ਇੰਦਰਾ ਗਾਂਧੀ ਵੱਲੋਂ ਇਹ ਪੇਸ਼ਕਸ਼ ਹੁੰਦੀ ਹੈ ਵੀ ਅਕਾਲ ਤਖਤ ਦੇ ਸਾਹਮਣੇ ਪੇਸ਼ ਹੋਣ ਦੀ ਲੋੜ ਨਹੀਂ ਤੁਸੀਂ ਖੁਦ ਇੱਥੇ ਆਪਣਾ ਇੱਕ ਐਸਾ ਸਿਸਟਮ ਬਣਾਓ ਤਾਂ ਕਿ ਅਸੀਂ ਉਹਨਾਂ ਦੇ ਲੀਡਰਾਂ ਨੂੰ ਯਾਨੀ ਕਾਕਾਲੀ ਦਲ ਦੇ ਲੀਡਰਾਂ ਨੂੰ ਦਿੱਲੀ ਦੇ ਵਿੱਚ ਜਾਂ ਹੋਰ ਤਖਤਾਂ ਦੇ ਉੱਤੇ ਸਭੰਨ ਕਰ ਸਕੀਏ ਤੁਹਾਨੂੰ ਅਕਾਲ ਤਖਤ ਦੇ ਸਾਹਮਣੇ ਚੁੱਕਣ ਦੀ ਲੋੜ ਨਹੀਂ ਹੈ ਸੋ ਇਸ ਗੱਲਬਾਤ ਨੂੰ ਜਥੇਦਾਰ ਸੰਤੋਖ ਸਿੰਘ ਵੱਲੋਂ ਇੱਕ ਬਹੁਤ ਹੀ ਅ ਬਹੁਤ ਹੀ ਤਿੱਖੇ ਤਰੀਕੇ ਨਾਲ ਲੈ ਜਾਂਦਾ ਹੈ ਤੇ ਦੱਸਿਆ ਜਾਂਦਾ ਹੈ ਵੀ ਉਸ ਵਕਤ ਦੇ ਜਿਹੜੇ ਹੁਕਮਰਾਨ ਜਾਂ ਗਿਆਨੀ ਜ਼ੈਲ ਸਿੰਘ ਜੋ ਕਿ ਦੱਸਿਆ ਜਾ ਰਿਹਾ ਹੈ ਕਿ ਉਸ ਵਕਤ ਇਹ ਇੰਟਰਮੀਡੀਅਰੀ ਹੁੰਦੇ ਨੇ ਜਾਂ ਮੈਸੇਜ ਉਹਨਾਂ ਵੱਲੋਂ ਪਾਸ ਹੋਣਾ ਹੁੰਦਾ ਹੈ ਇਹ ਕੀਤਾ ਗਿਆ ਹੁੰਦਾ ਹੈ ਉਹਨਾਂ ਨੂੰ ਕਾਫੀ ਸਖਤ ਸ਼ਬਦਾਂ ਵਿੱਚ ਦੱਸ ਦਿੰਦੇ ਹੈਗੇ ਨੇ ਵੀ ਤੂੰ ਧਾਰਮਿਕ ਮੁੱਦਿਆਂ ਤੇ ਸਲਾਹ ਦੇਣ ਦੀ ਲੋੜ ਕਿਸੇ ਨੂੰ ਨਹੀਂ ਹੈ ਉਸ ਤੋਂ ਬਾਅਦ ਉਹ ਟ੍ਰੇਨ ਵਿੱਚ ਬੈਠ ਕੇ ਰਵਾਨਾ ਹੁੰਦੇ ਨੇ ਅਗਲੇ ਦਿਨ ਸਵੇਰੇ 10 ਜਾਂ 11 ਵਜੇ ਉਹਨਾਂ ਨੇ ਜਿਹੜੀ ਹਾਜ਼ਰੀ ਭਰਨੀ ਹੁੰਦੀ ਹੈ 6:00 ਤੱਕ ਦੇ ਸਾਹਮਣੇ ਨਾਤਮਕਸਤ ਤੱਕ ਹੋਣਾ ਹੁੰਦਾ ਹੈ ਇਸ ਦੌਰਾਨ ਇਹ ਵੀ ਦੱਸਿਆ ਜਾਂਦਾ ਵੀ ਉਹਨਾਂ ਦੀ ਹਾਜ਼ਰੀ ਤੋਂ ਪਹਿਲਾਂ ਜਿਹੜਾ ਇੱਕ ਮਾਹੌਲ ਬਿਲਡ ਅਪ ਹੋਇਆ ਹੁੰਦਾ ਉਸ ਦੌਰਾਨ ਸੰਤ ਜਨਰੈਲ ਸਿੰਘ ਭਿੰਡਰਾਂ ਵਾਲੇ ਸਮੇਤ ਬਾਬਾ ਖੜਕ ਸਿੰਘ ਜਿਹੜੇ ਕਾਰ ਸੇਵਾ ਵਾਲੇ ਹੁੰਦੇ ਨੇ ਉਹਨਾਂ ਵੱਲੋਂ ਵੀ ਅਕਾਲ ਤਖਤ ਦੇ ਜੱਥੇਦਾਰ ਸਾਹਿਬ ਨੂੰ ਉਸ ਵਕਤ ਅਜਨੋਹਾ ਸਾਹਿਬ ਨੂੰ ਇਸ ਚੀਜ਼ ਦੇ ਪ੍ਰਤੀ ਤਾਕੀਦ ਕਰਤੇ ਜਾਂਦੇ ਆ ਵੀ ਕੋਈ ਵੀ ਜੇ ਸਖਤ ਫੈਸਲਾ ਜਾਂ ਸਜ਼ਾ ਲਾਈ ਗਈ ਤਾਂ ਉਸ ਦੇ ਗੰਭੀਰ ਜਿਹੇ ਸਿੱਟੇ ਸਾਹਮਣੇ ਆ ਸਕਦੇ ਨੇ ਸੋ ਇਸ ਕਿਸਮ ਦਾ ਇੱਕ ਮਾਹੌਲ ਦੇ ਵਿੱਚ ਜੱਥੇਦਾਰ ਸੰਤੋਖ ਸਿੰਘ ਅਕਾਲ ਤਖਤ ਸਾਹਿਬ ਦੇ ਸਾਹਮਣੇ ਪੇਸ਼ ਹੁੰਦੇ ਨੇ ਕੋਈ ਜ਼ਿਆਦਾ ਉਹਨਾਂ ਨੂੰ ਜਿਹੜੀ ਸਜ਼ਾ ਲਾਈ ਨਹੀਂ ਜਾਂਦੀ ਉਸ ਤੋਂ ਬਾਅਦ ਉਹਨਾਂ ਨੂੰ ਵਾਪਸ ਰਵਾਨਾ ਹੋਣਾ ਹੁੰਦਾ ਤੇ ਵਾਪਸੀ ਜਦੋਂ ਉਹਨਾਂ ਦੀ ਹੁੰਦੀ ਹੈ ਉਸ ਵਕਤ ਉਸ ਦਿਨ 10 ਸਤੰਬਰ 1981 ਨੂੰ ਲਾਲਾ ਜਗਤ ਨਾਰਾਇਣ ਹੋਣਾ ਦਾ ਸਸਕਾਰ ਹੋਣਾ ਹੁੰਦਾ ਯਾਨੀ ਕਿ ਇੱਕ ਦਿਨ ਪਹਿਲਾਂ ਜਿਹੜੀ ਮੌਤ ਹੋਈ ਹੁੰਦੀ ਹੈ ਪੰਜਾਬ ਦਾ ਜਿਹੜਾ ਫਿਰਕੂ ਮਾਹੌਲ ਹੁੰਦਾ ਉਸ ਵਕਤ ਕਾਫੀ ਜ਼ਿਆਦਾ ਉਬਾਲ ਤੇ ਹੁੰਦਾ ਹੈ ਵਾਪਸੀ ਦੇ ਮੌਕੇ ਜਥੇਦਾਰ ਜਿਹੜੇ ਸੰਤੋਖ ਸਿੰਘ ਹੁੰਦੇ ਨੇ ਉਹ ਜਲੰਧਰ ਦੇ ਵਿੱਚ ਉਹਨਾਂ ਦੀ ਬਹੁਤ ਅੱਛੀ ਰੈਪੋ ਰਹੀ ਹੁੰਦੀ ਉਹਨੇ ਇੱਕ ਸਮਝਣ ਵਾਲੀ ਗੱਲ ਹੈ ਵੀ ਜਥੇਦਾਰ ਸੰਤੋਖ ਸਿੰਘ ਇੰਦਰਾ ਗਾਂਧੀ ਤੋਂ ਲੈ ਕੇ ਸੰਤ ਜਰਨੈਲ ਕੁਝ ਸਮਾਤਾ ਕੋਗਨਿਸ ਐਲ ਸਿੰਘ ਦੇ ਨਾਲ ਵੀ ਉਹਨਾਂ ਦੀ ਰੈਪੋਰਟ ਠੀਕ ਰਹੀ ਤੇ ਹਰ ਲੀਡਰ ਦੇ ਨਾਲ ਮਾਸਟਰ ਤਾਰਾ ਸਿੰਘ ਤੋਂ ਲੈ ਕੇ ਅਖਬਾਰਾਂ ਦੇ ਜਿਹੜੇ ਐਡੀਟਰ ਜੋ ਕਿ ਵਿਵਾਦਿਤ ਐਡੀਟਰ ਰਹੇ ਜਲਾਲਾ ਜਗਤ ਨਾਰਾਇਣ ਉਸ ਵਕਤ ਉਹਨਾਂ ਦੇ ਜਿਹੜੇ ਲੇਖ ਐਡੀਟਰਸ ਐਡੀਟੋਰੀਅਲ ਜੋ ਲਿਖਿਆ ਕਰਦੇ ਸਨ ਤੇ ਨਿਰੰਕਾਰੀ ਕਾਂਡ ਦੇ ਵਿੱਚ ਜੋ ਉਹਨਾਂ ਦੀ ਗਵਾਹੀ ਸੀ ਜੋ ਕਿ ਉਹਨਾਂ ਦੀ ਮੌਤ ਦਾ ਕਾਰਨ ਬਣੀ ਤੇ ਉਹਨਾਂ ਨੂੰ ਜਿਹੜਾ ਐਲੀਮੀਨੇਟ ਕੀਤਾ ਗਿਆ ਨਿਊਟਰਲਾਈਜ਼ ਕੀਤਾ ਗਿਆ ਖੜਕੂਆਂ ਵੱਲੋਂ ਉਸ ਨਾਲ ਵੀ ਉਹਨਾਂ ਦੇ ਚੰਗੇ ਸੰਬੰਧ ਸਨ ਸੋ ਵਾਪਸੀ ਦੇ ਉੱਤੇ ਲਾਲਾ ਜਗਤ ਨਾਰਾਇਣ ਹੋਣਾ ਦੇ ਸੰਸਕਾਰ ਦੇ ਮੌਕੇ ਦੇ ਵਿੱਚ ਵੀ ਸ਼ਿਰਕਤ ਕਰਨ ਜੱਥੇਦਾਰ ਜਿਹੜੇ ਸੰਤੋਖ ਸਿੰਘ ਉਹ ਪਹੁੰਚਦੇ ਨੇ ਦੱਸਿਆ ਜਾਂਦਾ ਵੀ ਤਕਰੀਬਨ 70000 ਦੇ ਕਰੀਬ ਉਸ ਵਕਤ ਜਿਹੜਾ ਅੰਤਿਮ ਸੰਸਕਾਰ ਲਾਲਾ ਜਗਤ ਨਾਰਾਇਣ ਦਾ ਹੋਇਆ ਉਸ ਵਿੱਚ ਲੋਕ ਜਿਹੜੇ ਸੀ ਹਿੱਸਾ ਲੈ ਲਈ ਆਏ ਸੀ ਤੇ ਉਸ ਵਕਤ ਫਿਰਕੂ ਹਾਲਾਤ ਜਿਹੜੇ ਸੀ ਉਹ ਕਾਫੀ ਜ਼ਿਆਦਾ ਤਣਾਅਪੂਰਨ ਪੰਜਾਬ ਦਾ ਮਾਹੌਲ ਹੋ ਗਿਆ ਸੀ ਕਿਉਂਕਿ ਹਿੰਦੂ ਸਿੱਖਾਂ ਦੇ ਵਿੱਚ ਇੱਕ ਇੱਕ ਐਸੀ ਇੱਕ ਪੀਕ ਪੁਆਇੰਟ ਸੀ ਲਾਲਾ ਜਗਤ ਨਾਰਾਇਣ ਦੀ ਹੱਤਿਆ ਜੋ ਕਿ ਆਪਣੇ ਤਿੱਖੇ ਜਿਹੜੇ ਲੇਖਣੀਆਂ ਉਹ ਨਹੀਂ ਨਹੀਂ ਹੁੰਦੀ ਸੀ ਐਡੀਟੋਰੀਅਲ ਸੀ ਜਾਂ ਫਿਰ ਨਿਰੰਕਾਰੀ ਕਾਣ ਦੇ ਵਿੱਚ ਉਹਨਾਂ ਦੀ ਜਿਹੜੀ ਗਵਾਹੀ ਸੀ ਉਸ ਕਾਰਨ ਹਿਟਲਿਸਟ ਦੇ ਉੱਤੇ ਸਨ ਸੋ ਉਹਨਾਂ ਦੀ ਮੌਤ ਦੇ ਤੋਂ ਬਾਅਦ ਇੱਕ ਮਾਹੌਲ ਪੰਜਾਬ ਦਾ ਅਗਲੇ ਆਉਣ ਵਾਲੇ ਕੁਝ ਹਫ਼ਤੇ ਤੱਕ ਖਰਾਬ ਰਿਹਾ ਸੀ ਜਿਸ ਦੌਰਾਨ ਕਈ ਪੰਜਾਬੀ ਜਿਹੜੀ ਰਸਾਲੇ ਸਨ ਪత్రికਾਂਵਾਂ ਸਨ ਅਜੀਤ ਵਰਗੇ ਉਹਨਾਂ ਦੇ ਦਫ਼ਤਰਾਂ ਉੱਤੇ ਵੀ ਹਮਲੇ ਹੋਏ ਇਸ ਤਰੀਕੇ ਦੇ ਸਾਰਾ ਸਾਰਾ ਇੱਕ ਮਾਹੌਲ ਸੀ ਉਸ ਤਹੌਲਾਤ ਦੇ ਵਿੱਚ ਜਿਹੜੇ ਜਥੇਦਾਰ ਸੰਤੋਖ ਸਿੰਘ ਬਿਲਕੁਲ ਨੇੜੇ ਪਹੁੰਚ ਕੇ ਵੀ ਲਾਲਾ ਜਗਤ ਨਾਰਾਇਣ ਜਿਨ੍ਹਾਂ ਦੇ ਨਾਲ ਉਹਨਾਂ ਦੀ ਬਹੁਤ ਹੀ ਨੇੜਤਾ ਸੀ ਬਹੁਤ ਚੰਗੇ ਸਬੰਧ ਸਨ ਉਹਨਾਂ ਦੇ ਅੰਤਿਮ ਸੰਸਕਾਰ ਦੇ ਵਿੱਚ ਉਸ ਤਰੀਕੇ ਨਾਲ ਹਿੱਸਾ ਨਹੀਂ ਲੈ ਪਾਏ ਤੇ ਉਸ ਤੋਂ ਬਾਅਦ ਬੈਰੋੜੀ ਉਹ ਦਿੱਲੀ ਵਾਪਸ ਚਲੇ ਗਏ ਸੋ ਇਹ ਪੂਰੀ ਸਥਿਤੀ ਸੀ ਜਦੋਂ ਕਿ ਇੱਕ ਐਸਾ ਕਿਰਦਾਰ ਸੀ ਜੋ ਕਿ ਹਰ ਪਾਸੇ ਐਕਸੈਪਟੇਬਲ ਸੀ ਤੇ ਉਸਤੇ ਬਹੁਤ ਹੀ ਕ੍ਰਿਟੀਕਲ ਪੁਆਇੰਟਸ ਦੇ ਉੱਤੇ ਸੰਤ ਜਰਨੈਲ ਸਿੰਘ ਪਿੰਡਰਾ ਵਾਲੇ ਤੋਂ ਲੈ ਕੇ ਇੰਦਰਾ ਗਾਂਧੀ ਤੇ ਲਾਲਾ ਜਗਤ ਨਾਰਾਇਣ ਤੋਂ ਲੈ ਕੇ ਮਾਸਟਰ ਤਾਰਾ ਸਿੰਘ ਇਹ ਸਾਰੇ ਲੀਡਰਾਂ ਦੇ ਨਾਲ ਬਹੁਤ ਨੇੜਤਾ ਤੋਂ ਕੰਮ ਕੀਤਾ ਹੋਇਆ ਸੀ ਸੋ ਇੱਕ ਬਹੁਤ ਕਾਟਾ ਐਸੇ ਲੋਕ ਹੁੰਦੇ ਨੇ ਜੋ ਕਿ ਐਨੇ ਹਿੱਸੇ ਐਨੇ ਪਾਸਿਆਂ ਲਈ ਐਕਸੈਪਟੇਬਲ ਹੁੰਦੇ ਨੇ ਲੇਕਿਨ ਲੈ ਦੇ ਕੇ ਇਹ ਸਤੰਬਰ ਦੀ ਘਟਨਾ ਮੈਂ ਦੱਸ ਰਿਹਾ 9 ਤੇ 10 ਸਤੰਬਰ 1981 ਤੇ ਇਸ ਤੋਂ ਕੁਛ ਹੀ ਮਹੀਨੇ ਬਾਅਦ ਉਹ ਘਟਨਾ ਹੋਈ 21 ਦਸੰਬਰ ਦੀ ਜਦੋਂ ਕਿ ਕਿਉਂਕਿ ਇਸ ਵਕਤ ਬਤੌਰ ਇੱਕ ਪ੍ਰੈਜ਼ੀਡੈਂਟ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਜਥੇਦਾਰ ਸੰਤੋਖ ਸਿੰਘ ਸੰਝਰੂ ਲੇਕਿਨ ਇਹ ਦੱਸਿਆ ਜਾਂਦਾ ਵੀ ਸੋਨ ਸਿੰਘ ਸੰਧੂ ਜਿਹੜਾ ਕਿ ਇੱਕ ਹੋਰ ਡੀਐਸਜੀਐਮਸੀ ਦਾ ਮੈਂਬਰ ਸੀ ਉਸ ਨੂੰ ਇਸ ਗੱਲ ਦਾ ਗਿਲਾ ਸੀ ਵੀ ਬਿਨਾ ਚੁਣ ਕੇ ਆਏ ਜਾਂ ਇੱਕ ਅਕਾਲੀ ਜਿਹੜੇ ਲੋਂਗੋਵਾਲ ਦੇ ਲੀਡਰ ਤੋਂ ਹਾਰਨ ਤੋਂ ਬਾਵਜੂਦ ਵੀ ਜਿਹੜੇ ਜਥੇਦਾਰ ਸੰਤੋਖ ਸਿੰਘ ਨੇ ਇਹਨਾਂ ਨੂੰ ਦਿੱਲੀ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਕਿਉਂ ਬਣਾਤਾ ਗਿਆ ਕਿਵੇਂ ਬਣਾਤਾ ਗਿਆ ਸੋ ਇਸ ਕਿਸਮ ਦੀ ਰੰਜਿਸ਼ ਵੀ ਸੀ ਤੇ ਪ੍ਰਧਾਨ ਬਣਨ ਦੇ तकरीबन 1.5 ਸਾਲ ਦਾ ਜਿਹੜਾ ਵਖਵਾ ਉਹਨਾਂ ਕੋਲ ਰਿਹਾ 79 ਤੋਂ ਬਾਅਦ 81 ਤੱਕ ਉਸ ਦੌਰਾਨ ਉਹਨਾਂ ਨੇ ਕਈ ਫੰਕਸ਼ਨਸ ਕੀਤੇ ਤੇ ਸੋਨ ਸਿੰਘ ਸੰਧੂ ਦੇ ਇਲਾਕੇ ਦੇ ਵਿੱਚ ਬਹੁਤ ਐਸੇ ਸਮਾਗਮ ਹੋ ਰਹੇ ਸਨ ਉਹ ਜਿਹੜਾ ਗੁਰਦੁਆਰਾ ਖਿਆਲਾ ਦਾ ਜਿੱਥੇ ਕਿ ਫਾਈਨਲੀ ਜਿਸ ਦੇ ਬਾਅਦ ਇਹ ਜਿਹੜਾ ਮਰਡਰ ਦੋਵਾਂ ਦੇ ਹੋ ਜਾਂਦੇ ਹੈਗੇ ਨੇ ਆਪਸੀ ਗੋਲੀਬਾਰੀ ਦੇ ਵਿੱਚ ਉਸ ਗੁਰਦੁਆਰੇ ਦਾ ਜਿਹੜਾ ਨੀ ਪੱਥਰ ਆ ਉਸ ਦੀ ਜਿਹੜੀ ਉਸਾਰੀ ਦਾ ਕੰਮ ਸੀ ਉਹ ਵੀ ਸੋਨ ਸਿੰਘ ਸੰਦੂ ਦੀ ਮਰਜ਼ੀ ਜਾਂ ਮਨਜ਼ੂਰੀ ਤੋਂ ਬਗੈਰ ਇੱਕ ਤਰੀਕੇ ਨਾਲ ਹੋ ਰਿਆ ਸੀ ਉਹਨੂੰ ਇਗਨੋਰ ਕੀਤਾ ਜਾ ਰਿਹਾ ਸੀ ਉਸ ਪੂਰੇ ਕਨਸੈਪਟ ਦੇ ਵਿੱਚ ਸੋਨ ਸਿੰਘ ਸੰਦੂ ਜਿਹੜਾ ਇੱਕ ਟਾਈਮ ਤੇ ਇੱਕ ਟਾਈਮ ਕੀ ਉਸ ਵਕਤ ਤੱਕ ਜਿਹੜਾ ਸੀ ਉਹ ਜਥੇਦਾਰ ਸੰਤੋਖ ਸਿੰਘ ਦੀ ਹੀ ਪਾਰਟੀ ਤੇ ਉਹਨਾਂ ਦੇ ਨਾਲ ਹੀ ਰਿਹਾ ਹੁੰਦਾ ਇੱਕ ਬਹੁਤ ਹੀ ਹੰਮਲ ਬੈਕਗ੍ਰਾਉਂਡ ਤੋਂ ਰਿਹਾ ਹੁੰਦਾ ਦੋ ਦੀਆਂ ਛੋਟੀਆਂ ਛੋਟੀਆਂ ਫੈਕਟਰੀਆਂ ਹੁੰਦੀਆਂ ਨੇ ਉਸ ਤੋਂ ਪਹਿਲਾਂ ਉਹ ਇੱਕ ਦਰਜੀ ਦਾ ਕੰਮ ਕਰਦਾ ਰਿਹਾ ਹੁੰਦਾ ਉਦੇ ਕੋਲ ਇੱਕ ਆਪਣਾ ਲਾਇਸੈਂਸੀ ਰਿਵਲਵਰ ਪੁਆਇੰਟ 32 ਬੋਰ ਦਾ ਹੁੰਦਾ ਹੈ ਜਿਸ ਤੋਂ ਕਿ ਉਸਨੇ ਬਾਅਦ ਦੇ ਵਿੱਚ ਇੱਕ ਗੋਲੀ ਦਾ ਸ਼ੂਟਆਊਟ ਕਰਨਾ ਹੁੰਦਾ ਹੈ 21 ਦਸੰਬਰ ਦੀ ਉਸ ਘਟਨਾ ਦੇ ਦੌਰਾਨ ਜਦੋਂ ਤਲਖੀ ਬਹੁਤ ਜ਼ਿਆਦਾ ਵੱਧ ਚੁੱਕੀ ਹੁੰਦੀ ਹੈ ਗਾਲੀ ਗਲੋਛ ਦੋਵੇਂ ਲੀਡਰ ਕਾਫੀ ਕਰ ਰਹੇ ਹੁੰਦੇ ਨੇ ਉਸ ਤੋਂ ਬਾਅਦ ਆਪਣੇ ਆਪਣੇ ਪਿਸਤੌਲਾਂ ਜਿਹੜੀਆਂ ਕੱਢ ਲਿਆ ਜਾਂਦੀਆਂ ਨੇ ਪਹਿਲਾਂ ਸੂਨ ਸਿੰਘ ਸੰਧੂ ਵੱਲੋਂ ਜੋ ਦੱਸਿਆ ਜਾਂਦਾ ਵੀ ਗੋਲੀ ਜਥੇਦਾਰ ਸੰਤੋਖ ਸਿੰਘ ਨੂੰ ਮਾਰੀ ਗਈ ਤਨਨਾ ਸਿੰਘ ਜਿਹੜਾ ਬਾਡੀਗਾਰਡ ਸੀਗਾ ਪੁਲਿਸ ਦਾ ਹੀ ਉਹ ਮੁਲਾਜ਼ਮ ਸੀ ਉਸਨੇ ਜਿਹੜੀ ਗੋਲੀ ਆਪਣੇ ਰਾਈਫਲ ਤੋਂ ਮਾਰੀ ਉਹ ਬਾਅਦ ਦੇ ਵਿੱਚ ਮਾਰੀ ਇਹ ਪੁਲਿਸ ਦਾ ਅਕਾਊਂਟ ਹੈ ਪੁਲਿਸ ਦੀ ਥਿਓਰੀ ਹੈ ਲੇਕਿਨ ਹਾਲ ਵਿੱਚ ਇੱਕ ਬੁੱਧੀਜੀਵੀ ਸੰਗਤ ਸਿੰਘ ਉਹਨਾਂ ਬੋਲ ਨੇ ਕਿਤਾਬ ਲਿਖੀ ਗਈ ਹੈ ਹੁਣ ਉਹਨਾਂ ਨੇ ਕਿਸ ਸੋਰਸ ਨੂੰ ਕੋਟ ਕੀਤਾ ਤਾਂ ਪਤਾ ਨਹੀਂ ਲਿਖੀ ਉਹਨਾਂ ਦੇ ਸੋਰਸ ਦੇ ਮੁਤਾਬਿਕ ਇਹ ਜਿਹੜੀ ਗੋਲੀਬਾਰੀ ਆਪਸੀ ਇੱਕ ਰੰਜਿਸ਼ ਦੇ ਚੱਲਦਿਆਂ ਜਾਂ ਆਪਸੀ ਜਿਹੜੀ ਦੁਸ਼ਮਣੀ ਆ ਖੈ ਬਾਜ਼ੀ ਦੇ ਚੱਲਦਿਆਂ ਹੋਇਆਂ ਹੋਈਆਂ ਦੋ ਮੌਤਾਂ ਕਿਉਂਕਿ ਕੁਝ ਹੀ ਮਿੰਟਾਂ ਦੇ ਵਿੱਚ ਦੋਵੇਂ ਲੀਡਰ ਇੱਕ ਮੈਨੇਜਮੈਂਟ ਕਮੇਟੀ ਦਾ ਪ੍ਰਧਾਨ ਐਡਾ ਵੱਡਾ ਸਰਕਟ ਲੀਡਰ ਜਿਸ ਨੂੰ ਕਿ ਪੂਰੇ ਦੇਸ਼ ਦੇ ਟੌਪ ਦੇ ਚੋਟੀ ਦੇ ਅਕਾਲੀਆਂ ਤੋਂ ਲੈ ਕੇ ਕਾਂਗਰਸ ਦੇ ਲੀਡਰ ਤੇ ਦੇਸ਼ ਦੀ ਪ੍ਰਧਾਨ ਮੰਤਰੀ ਤੱਕ ਉਸ ਵਕਤ ਜਾਣਦੇ ਵੀ ਸਨ ਤੇ ਉਹਦਾ ਸਤਕਾਰ ਵੀ ਕਰਦੇ ਸਨ ਉਸ ਨੂੰ ਮਾਰਤਾ ਜਾਂਦਾ ਤੇ ਦੂਸਰੇ ਪਾਸੇ ਕੇਐਸਜੀਪੀਸੀ ਦਾ ਮੈਂਬਰ ਜੋ ਕਿ ਉਸੇ ਦੀ ਪਾਰਟੀ ਦਾ ਮੈਂਬਰ ਹੁੰਦਾ ਸੋ ਐਨੀ ਕੁੜਤਨ ਕੁਝ ਮਿੰਟ ਜਾਂ ਕੁਝ ਹਫ਼ਤਿਆਂ ਦੀ ਰੰਜਿਸ਼ ਕੀ ਇਸ ਲਈ ਕਾਫੀ ਹੁੰਦੀ ਹੈ ਕਿ ਤੁਸੀਂ ਇੱਕ ਦੂਸਰੇ ਨੂੰ ਗੋਲੀਆਂ ਦੇ ਨਾਲ ਪੁੰਦੋ ਸੋ ਇੱਕ ਬੜਾ ਵੱਡਾ ਸਵਾਲ ਸੀ ਦਿੱਲੀ ਕ੍ਰਾਈਮ ਬ੍ਰਾਂਚ ਨੇ ਦੀ ਇਨਵੈਸਟੀਗੇਸ਼ਨ ਕੀਤੀ ਬਾਅਦ ਦੇ ਵਿੱਚ ਜਿਹੜੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਿੱਲੀ ਦੀ ਸੀ ਉਸ ਦੀ ਉਸ ਦੀ ਜਿਹੜੀ ਹੰਗਾਮੀ ਮੈਟਕ ਹੋਈ ਅਗਲੇ ਦਿਨ ਜਾਂ ਇੱਕ ਦੋ ਦਿਨ ਬਾਅਦ ਉਸ ਦੇ ਵਿੱਚ ਇਸ ਚੀ ਦੀ ਮੰਗ ਵੀ ਕੀਤੀ ਗਈ ਵੀ ਇਸ ਪੂਰੇ ਮਾਮਲੇ ਦੀ ਸੀਬੀਏ ਜਾਂਚ ਕਰਾਇਆ ਜਾਏ ਲੇਕਿਨ ਸੀਬੀਏ ਜਾਂਚ ਨਹੀਂ ਹੋਈ ਸੋ ਸੰਗਤ ਸਿੰਘ ਜਿਹੜੇ ਬੁੱਧੀਜੀਵੀ ਨੇ ਕਿਤਾਬ ਵਿੱਚ ਲਿਖਦੇ ਨੇ ਉਹਨਾਂ ਦਾ ਕਹਿਣਾ ਇਹ ਸੀ ਵੀ ਆਖਿਰ ਤੇ ਕੁਝ ਸਾਲਾਂ ਦੇ ਵਿੱਚ ਜਿਹੜੀ ਨੇੜਤਾ ਜਥੇਦਾਰ ਸੰਤੋਖ ਸਿੰਘ ਉਹਨਾਂ ਦੀ ਸੰਤ ਜਰਨੈਲ ਸਿੰਘ ਪਿੰਡਰਾ ਵਾਲਾ ਉਹਨਾਂ ਦੇ ਨਾਲ ਹੋਈ ਯਾ ਫਿਰ ਜਿਸ ਤਰੀਕੇ ਨਾਲ ਦਰਬਾਰਾ ਸਿੰਘ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਲਈ ਉਹਨਾਂ ਦੀ ਭੂਮਿਕਾ ਜਾਂ ਉਹਨਾਂ ਨੇ ਇੱਕ ਪੋਜੀਟਿਵ ਜਿਹੜਾ ਇੱਕ ਰੈਫਰੈਂਸ ਦਿੱਤਾ ਇੰਦਰਾ ਗਾਂਧੀ ਨੇ ਦਰਬਾਰਾ ਸਿੰਘ ਨੂੰ ਮੁੱਖ ਮੰਤਰੀ ਮਨਾਤਾ ਜਰਨੈ ਗਿਆਨੀ ਜ਼ੈਲ ਸਿੰਘ ਉਹਨਾਂ ਦੇ ਨਾਲ ਦਰਬਾਰਾ ਸਿੰਘ ਦਾ 33 ਦਾ ਅੰਕੜਾ ਸੀ ਸੋ ਕਾਫੀ ਹੱਦ ਤੱਕ ਜਿਹੜੇ ਗਿਆਨੀ ਜ਼ੈਲ ਸਿੰਘ ਜੋ ਕਿ ਉਸ ਵਕਤ ਇੱਕ ਮੰਤਰੀ ਸਨ ਉਸ ਵਕਤ ਉਹ ਰਾਸ਼ਟਰਪਤੀ ਨਹੀਂ ਸਨ ਉਹਨਾਂ ਇਸ ਕਿਤਾਬ ਦੇ ਵਿੱਚ ਇੱਥੋਂ ਤੱਕ ਵੀ ਲਿਖਿਆ ਗਿਆ ਹੈ ਕਿ ਜਿਹੜੀਆਂ ਗੋਲੀਆਂ ਚੱਲੀਆਂ ਯਾਨੀ ਕਿ ਦੋਵੇਂ ਸੋਨ ਸਿੰਘ ਸੰਤੂ ਜਿਹੜਾ ਕਿ ਹਮਲਾਵਰ ਤੇ ਜਿਹੜੀਆਂ ਗੋਲੀਆਂ ਜਥੇਦਾਰ ਸੰਤੋਖ ਸਿੰਘ ਨੂੰ ਉਹਨਾਂ ਨੂੰ ਲੱਗੀਆਂ ਇਹ ਦੋਵਾਂ ਨੂੰ ਇੱਕ ਹੀ ਗਨ ਦੇ ਨਾਲ ਮਾਰਿਆ ਗਿਆ ਇਸ ਕਿਤਾਬ ਵਿੱਚ ਇੱਥੋਂ ਤੱਕ ਲਿਖਿਆ ਹੋਇਆ ਹੈ ਵੀ ਜਦੋਂ ਇਹ ਤਲਖੀ ਵਧ ਰਹੀ ਸੀ ਆਪਸ ਦੇ ਵਿੱਚ ਗਾਲੀ ਗਲੋਚ ਹੋਇਆ ਇਹ ਮੌਕਾ ਲੱਭਦਿਆ ਹੀ ਜਿਹੜਾ ਗਨਮੈਨ ਸੀ ਤੰਨਾ ਸਿੰਘ ਉਸਨੇ ਪਹਿਲਾਂ ਗੋਲੀ ਜਿਹੜੀ ਸੀ ਉਹ ਜਥੇਦਾਰ ਸੰਤੋਖ ਸਿੰਘ ਨੂੰ ਮਾਰੀ ਤੇ ਉਸ ਤੋਂ ਬਾਅਦ ਜਿਹੜੀ ਗੋਲੀ ਸੀ ਉਸਨੇ ਸੋਨ ਸਿੰਘ ਸੰਦੂ ਨੂੰ ਮਾਰੀ ਬਾਅਦ ਦੇ ਵਿੱਚ ਪੁਲਿਸ ਨੇ ਇਸ ਕਹਾਣੀ ਨੂੰ ਕੁਕ ਅਪ ਕਰਨ ਲਈ ਉਹ ਜਿਹੜੀ ਉਹਦੇ ਕਾਰਕ ਲਾਇਸੈਂਸੀ ਹਥਿਆਰ ਸੀ ਉਸਤੇ ਕਰੋ ਬਰਾਮਤ ਕਰਕੇ ਉੱਥੇ ਉਸ ਨੂੰ ਫਿੱਟ ਕੀਤਾ ਹੁਣ ਇਹ ਕਿੱਥੋਂ ਆਧਾਰ ਹੈ ਕਿ ਕੋਈ ਐਸੇ ਏਜੰਸੀ ਦੀ ਰਿਪੋਰਟ ਜੋ ਕਿ ਇਸ ਆਧਰ ਨੂੰ ਪਤਾ ਹੈ ਸੰਗਤ ਸਿੰਘ ਹੁਣਾ ਨੂੰ ਇਸ ਦਾ ਮੇਰੇ ਕੋਲ ਕੋਈ ਤਸਦੀਕ ਕਰਨ ਲਈ ਕੋਈ ਕਿ ਐਸਾ ਸਬੂਤ ਜਾਂ ਕੋਈ ਵੀ ਐਸੀ ਗੱਲ ਬਾਤ ਨਹੀਂ ਹੈ ਲੇਕਿਨ ਇਸ ਗੱਲ ਨੂੰ ਰਿਕਾਰਡ ਤੇ ਲੈਣਾ ਇਸ ਵਾਸਤੇ ਜ਼ਰੂਰੀ ਹੈ ਕਿਉਂਕਿ ਜਥੇਦਾ ਸੰਤੋਖ ਸਿੰਘ ਹੁਣਾ ਦੇ ਬੇਟੇ ਸਰਦਾਰ ਮਨਜੀਤ ਸਿੰਘ ਜੀ ਕੇ ਜੋ ਕਿ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਖੁਦ ਵੀ ਰਹੇ ਹੈਗੇ ਨੇ ਰੀਸੈਂਟਲੀ ਉਹਨਾਂ ਵੱਲੋਂ ਵੀ ਇਸ ਥਿਓਰੀ ਨੂੰ ਕਾਫੀ ਹੱਦ ਤੱਕ ਸਹੀ ਦੱਸਿਆ ਜਾਂਦਾ ਰਿਹਾ ਹੈ ਸੋ ਪਰਿਵਾਰ ਵੱਲੋਂ ਇਸ ਥਿਓਰੀ ਨੂੰ ਸਹੀ ਦੱਸਿਆ ਜਾਂਦਾ ਹੈ ਉਹਨਾਂ ਦੇ ਨਜ਼ਰ ਦੇ ਵਿੱਚ ਵੀ ਇਹ ਜਿਹੜੀ ਬੁੱਕ ਹੈ ਕੁਝ ਸਾਲ ਪਹਿਲਾਂ ਹੀ ਆਈ ਹੈ ਜਿਸ ਦੇ ਵਿੱਚ ਕੀ ਇਹ ਗੱਲ ਕੀਤੀ ਗਈ ਹੈ ਹਾਲਾਂਕਿ ਕਿੰਨੀਕ ਸਹੀ ਹੈ ਇਹ ਸਵਾਲ ਤਾਂ ਜ਼ਰੂਰ ਖੜੇ ਹੁੰਦੇ ਨੇ ਵੀ ਇਸ ਤਰੀਕੇ ਦੇ ਵੱਡੇ ਹਤਿਆਕਾਂਡ ਦੇ ਵਿੱਚ ਜਦੋਂ ਕਿ ਇੱਕ ਐਸਾ ਲੀਡਰ ਮਾਰਿਆ ਜਾਂਦਾ ਜਿਸ ਦੀ ਕੀ ਇਨਵੋਲਵਮੈਂਟ ਦੇਸ਼ ਦੇ ਬਹੁਤ ਹੀ ਕ੍ਰਿਟੀਕਲ ਮਸਲਾਂ ਦੇ ਉੱਤੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਕਈ ਸੂਬਿਆਂ ਦੇ ਮੁੱਖ ਮੰਤਰੀ ਜਾਂ ਫਿਰ ਸੰਤ ਜਰਨੈਲ ਸਿੰਘ ਪਿੰਰਾਂ ਵਾਲਾ ਹੋਣਾ ਦੇ ਵਰਗੇ ਬੰਦਿਆਂ ਦੇ ਨਾਲ ਹੋ ਰਹੀ ਹੋਵੇ ਉਹ ਬੰਦਾ ਜੋ ਕਿ ਦਿੱਲੀ ਦੇ ਵਿੱਚ ਸੱਦਾ ਦੰਦਾ ਸੰਤ ਜਰਨੈਲ ਸਿੰਘ ਪਿੰਰਾਂ ਵਾਲੇ ਹੋਣਾਂ ਨੂੰ ਹੋਸਟ ਕਰਦਾ ਹੈ ਉਹਨਾਂ ਦੀ ਉਹਨਾਂ ਦੇ ਸਮਾਗਮਾਂ ਦੇ ਵਿੱਚ ਜਾਂਦਾ ਹੈ ਉਹਨਾਂ ਦੇ ਚੌਂਕ ਮੈਦਾਨੇ ਤੇ ਵੀ ਜਾ ਕੇ ਸਮਾਗਮਾਂ ਨੂੰ ਜਿਹੜਾ ਉਹ ਸੰਬੋਧਨ ਕਰਦਾ ਹੈ ਸੋ 1979 ਦੇ 80 ਤੋਂ ਬਾਅਦ ਇੰਦਰਾ ਗਾਂਧੀ ਜਾਂ ਫਿਰ ਗਿਆਨੀ ਜ਼ੈਲ ਸਿੰਘ ਉਹਨਾਂ ਦੇ ਜਿਹੜੇ ਸਬੰਧ ਜੱਥੇਦਾਰ ਸੰਤੋਖ ਸਿੰਘ ਉਹਨਾਂ ਨਾਲ ਵਿਗੜੇ ਉਸ ਦਾ ਕੀ ਇਹ ਹੀ ਕਾਰਨ ਸੀ ਵਿਸਨ ਜਰਨੈਲ ਸਿੰਘ ਪਿੰਡ ਵਾਲਾ ਉਹਨਾਂ ਦੇ ਨਾਲ ਉਹਦੀ ਨੇੜਤਾ ਵਧ ਰਹੀ ਹੈ ਲੇਕਿਨ ਦੂਸਰੇ ਪਾਸੇ ਉਹੀ ਸ਼ਖਸ ਸੀ ਜੋ ਕਿ ਦਰਬਾਰਾ ਸਿੰਘ ਨੂੰ ਵੀ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਦੀ ਹਮਾਇਤ ਕਰਦਾ ਰਿਹਾ ਤੇ ਦਰਬਾਰਾ ਸਿੰਘ ਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਾ ਦਾ ਆਪਾਂ ਸਮਝਦੇ ਹਾਂ ਵੀ ਕਿੱਡਾ ਜਿਹੜਾ ਵੈਰ ਰਿਹਾ ਹੈ ਤੇ ਕਿਸ ਤਰੀਕੇ ਨਾਲ ਇੱਕ ਦੂਸਰੇ ਦੇ ਖਿਲਾਫ ਦੋਵਾਂ ਨੇ ਬਿਆਨ ਵੀ ਦਿੱਤੇ ਤੇ ਕਾਫੀ ਹੱਦ ਤੱਕ ਐਕਸ਼ਨ ਵੀ ਕੀਤੇ ਸੋ ਇਹ ਪੂਰੀਆਂ ਗੱਲਾਂ ਬਾਤਾਂ ਨੇ ਲੇਕਿਨ 21 ਦਸੰਬਰ 1981 ਦਾ ਇਹ ਹੱਤਿਆਕਾਂਡ ਇਹ ਜਿਹੜੀ ਕਤਲ ਸੀ ਜਥੇਦਾਰ ਸੰਤੋਖ ਸਿੰਘ ਹੋਣਾ ਦਾ ਇਹ ਕਾਫੀ ਮਹੱਤਵਪੂਰਨ ਘਟਨਾ ਸੀ ਇੱਕ ਬਹੁਤ ਵੱਡਾ ਟਰਨਿੰਗ ਪੁਆਇੰਟ ਸੀ ਕਿਉਂਕਿ ਮੈਂ ਇਸ ਨੂੰ 1984 ਤੇ ਉਸ ਤੋਂ ਬਾਅਦ ਦੇ ਕਈ ਸਾਲਾਂ ਦੇ ਸੰਦਰਭ ਦੇ ਵਿੱਚ ਵੇਖਾਂ ਇਕ ਅਜੇਹਾ ਲੀਡਰ ਜੋ ਕਿ ਕਾਫੀ ਹੱਦ ਤੱਕ ਸੈਂਟਰਲ ਲੀਡਰਸ਼ਿਪ ਨੂੰ ਐਕਸੈਪਟੇਬਲ ਹੋਵੇ ਸੰਜਨੈਲ ਸਿੰਘ ਪਿੰਡਾ ਵਾਲਾ ਲਾਲਾ ਜਗਤ ਨਾਰਾਇਣ ਸਾਧੂ ਸਿੰਘ ਹਮਦਰਦ ਦਰਬਾਰਾ ਸਿੰਘ ਈਵਨ ਅਕਾਲੀ ਲੀਡਰਸ਼ਿਪ ਕਾਫੀ ਹੱਦ ਤੱਕ ਉਸ ਦੇ ਨਾਲ ਨੇੜਤਾ ਦੇ ਨਾਲ ਕੰਮ ਕਰ ਚੁੱਕੀ ਹੈ ਸੰਤ ਫਤਿਹ ਸਿੰਘ ਸੰਤ ਮਾਸਟਰ ਤਾਰਾ ਸਿੰਘ ਵਰਗੇ ਨਾਲ ਉਹਨਾਂ ਦੇ ਇੱਕ ਬਹੁਤ ਚੰਗੇ ਸਬੰਧ ਰਹੇ ਹੋਣ ਇਸ ਤਰੀਕੇ ਦਾ ਜਿਹੜਾ ਸ਼ਕਤ ਸਹਿ ਇੱਕ ਐਸੈਟ ਹੁੰਦਾ ਹੈ ਇੱਕ ਬਹੁਤ ਵੱਡਾ ਇੱਕ ਰਿਸੋਰਸ ਹੋ ਸਕਦਾ ਹੈ ਪੰਜਾਬ ਦੇ तमाम आउटस्टैंडिंग ਮੁੱਦਿਆਂ ਨੂੰ ਹੱਲ ਕਰਨ ਦਾ ਠੀਕ ਹੈ ਸਰਕਾਰਾਂ ਦੀਆਂ ਨੀਤਾਂ ਕਿੰਨੀਆਂ ਚੰਗੀਆਂ ਮਾੜੀਆਂ ਨੇ ਕੁਝ ਕਿਹਾ ਨਹੀਂ ਜਾ ਸਕਦਾ ਲੇਕਿਨ ਜੋ 1984 ਦੇ ਵਿੱਚ ਹੋਇਆ ਉਸ ਤੋਂ ਬਾਅਦ ਕਈ ਸਾਲ ਜਾਂ ਕੁਝ ਮਹੀਨਾ ਦੇ ਵਿੱਚ ਹਾਲਾਤ ਅਸੀਂ ਵੱਧ ਤੋਂ ਵੱਧਰ ਹੁੰਦੇ ਦੇਖੇ ਐਡੇ ਵੱਡੇ ਜਿਹੜਾ ਇੱਕ ਇੱਕ ਸਾਕਾ ਹੋਇਆ ਸੰਤਾਪ ਜਿਹੜਾ ਹੋਇਆ ਉਸ ਤੋਂ ਬਾਅਦ ਦਾ ਜਿਹੜਾ ਦੁਖਾਂਤ ਨੇ ਸਾਲਾਂ ਦਾ ਦਹਾਕਿਆਂ ਦਾ ਕੀ ਅਜਿਹੇ ਕਿਰਦਾਰ ਉਹ ਉਹ ਘਟਨਾਵਾਂ ਨੂੰ ਐਵੋਇਡ ਕਰਨ ਦੇ ਵਿੱਚ ਇੱਕ ਅਹਿਮ ਕੜੀ ਸਾਬਤ ਹੋ ਸਕਦੇ ਸਨ ਸੋ ਇਹ ਜਦੋਂ ਵੀ ਮਰਡਰ ਹੁੰਦੇ ਨੇ ਅਕਸਰ ਲੋਕਾਂ ਨੂੰ ਲੱਗਦਾ ਹੋਵੇਗਾ ਕਿ ਹਿਟ ਲਿਸਟ ਜਾਂ ਅਜਿਹੇ ਜਿਹੜੀ ਕੇਸਸ ਦੇ ਉਹਨਾਂ ਦੀ ਕਹਾਣੀ ਸੁਣਾਉਣਾ ਇੱਕ ਕ੍ਰਾਈਮ ਨੂੰ ਰਿਪੋਰਟ ਕਰਨਾ ਹੈ ਕ੍ਰਾਈਮ ਦੇ ਬਾਰੇ ਦੱਸਣਾ ਹੈ ਕ੍ਰਾਈਮ ਨਹੀਂ ਹੈ ਬਲਕਿ ਇੱਕ ਪੂਰਾ ਸੰਦਰਭ ਹੈ ਇੱਕ ਸ਼ਖਸ ਇੱਕ ਕਿਰਦਾਰ ਦੀ ਮੌਤ ਦੇ ਨਾਲ ਇਤਿਹਾਸ ਕਿਵੇਂ ਬਦਲ ਸਕਦਾ ਹੈ ਸ਼ਾਇਦ ਉਹ ਕਾਫੀ ਹੱਦ ਤੱਕ ਇਸ ਕਹਾਣੀ ਦੇ ਪਿੱਛੇ ਛੁਪਿਆ ਹੋਇਆ ਹੈ ਜਥੇਦਾਰ ਸੰਤੋਖ ਸਿੰਘ ਜੇ ਜਿਉਂਦੇ ਰਹਿੰਦੇ ਤਾਂ ਅੱਜ ਸ਼ਾਇਦ ਇਤਿਹਾਸ ਵੀ ਅਲੱਗ ਹੁੰਦਾ ਮੈਂ ਨਹੀਂ ਕਹਿ ਸਕਦਾ ਜਾਂ ਮੈਂ ਇਹ ਦਾਅਵਾ ਨਹੀਂ ਕਰ ਸਕਦਾ ਕਿ ਉਹ ਕਿੱਡੀ ਵੱਡੀ ਅਹਿਮ ਭੂਮਿਕਾ ਉਹਨਾਂ ਦੀ ਹੁੰਦੀ ਲੇਕਿਨ ਜੋ ਉਹਨਾਂ ਦੀ ਇੱਕ ਇੱਕ ਐਕਸੈਸ ਸੀਗਾ ਜੋ ਉਹਨਾਂ ਦੀ ਇੱਕ ਪਹੁੰਚ ਸੀਗੀ ਉਸ तमाम ਲੀਡਰਸ਼ਿਪ ਉਹ ਸਾਰੇ ਕ੍ਰਿਟੀਕਲ ਲੀਡਰਾਂ ਦੇ ਨਾਲ ਇਨਕਲੂਡਿੰਗ ਸੰਤ ਜਰਨੈਲ ਸਿੰਘ ਪਿੰਰਾਵਾਲਾ ਉਹਨਾਂ ਦੇ ਨਾਲ ਉਹ ਇੱਕ ਬਹੁਤ ਵੱਡਾ ਇੱਕ ਫੈਕਟਰ ਹੋ ਸਕਦਾ ਸੀ ਜਿਸ ਨੇ ਕਿ ਸ਼ਾਇਦ ਸਾਡੇ ਇਤਿਹਾਸ ਦਾ ਜਿਹੜਾ ਰੁਖ ਹੈ ਉਸ ਦਾ ਕੋਰਸ ਹੈ ਉਸ ਨੂੰ ਬਦਲ ਦਿੱਤਾ ਹੁੰਦਾ ਸੋ ਐਸੀ ਉਹ ਕਹਾਣੀ 21 ਦਸੰਬਰ 1981 ਜਥੇਦਾਰ ਸੰਤੋਖ ਸਿੰਘ ਉਹਨਾਂ ਦੀ ਹੱਤਿਆ ਉਹਨਾਂ ਦੇ ਨਾਲ ਹੀ ਉਹਨਾਂ ਦੇ ਇੱਕ ਹੋਰ ਐਸਜੀਪੀਸੀ ਮੈਂਬਰ ਦੀ ਵੀ ਹੱਤਿਆ ਉਹਨਾਂ ਦੇ ਹੀ ਗਨਮੈਨ ਵੱਲੋਂ ਜਿਸ ਨੂੰ ਕਿ ਇੱਕ ਕਾਂਸਪੀਰੇਸੀ ਥਿਉਰੀ ਦੇ ਤਹਿਤ ਵੀ ਕੁਝ ਲੋਕਾਂ ਨੇ ਵੇਖਣ ਦੀ ਕੋਸ਼ਿਸ਼ ਕੀਤੀ ਦੇਖਿਆ ਵੀ ਲੇਕਿਨ ਇਸ ਕੇਸ ਦੇ ਵਿੱਚ ਕੋਈ सीबीए जांच नहीं हुई ये जांच क्राइम ब्रांच दिल्ली ने की थी बाद दे विच ਦੱਸਿਆ ਜਾਂਦਾ ਇੱਕ ਸ਼ਾਇਦ ਕੋਈ ਕਮਿਸ਼ਨ ਵਗੈਰਾ ਵੀ ਬੈਠਾ ਲੇਕਿਨ ਕੋਈ ਵੀ ਗੱਲਬਾਤ ਕੋਈ ਠੋਸ ਗੱਲਬਾਤ ਜਾਂ ਕੋਈ ਵੱਖਰੀ ਗੱਲਬਾਤ ਕੋਈ ਐਸੀ ਗੱਲਬਾਤ ਜੋ ਕਿ ਪੁਲਿਸ ਦੀ ਉਸ ਕਹਾਣੀ ਤੋਂ ਵੱਖ ਹੋਵੇ ਉਹ ਉੱਭਰ ਕੇ ਸਾਹਮਣੇ ਨਹੀਂ ਆ ਪਾਈ ਇਹਨਾਂ तमाम ਸਾਲਾਂ ਦੇ ਵਿੱਚ ਸੋ ਇਸ ਨੋਟ ਦੇ ਉਤੇ ਹੀ ਇਸ ਹਿਟਲਿਸ ਦੇ ਐਪੀਸੋਡ ਤੇ ਰਿਪੋਰਟ ਨੂੰ ਵੀ ਵਿਰਾਮ ਦੰਨੇ ਤੇ ਆਉਣ ਵਾਲੇ ਰਿਪੋਰਟ ਦੇ ਵਿੱਚ ਵੀ ਮੈਂ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਜਿਹੜੇ ਪ੍ਰਧਾਨ ਰਹੇ ਅਗਲੇ ਹਰਬੰਸ ਸਿੰਘ ਮਨਚਨ ਦਾ 1984 ਦੇ ਵਿੱਚ ਉਹਨਾਂ ਨੂੰ ਕਿਵੇਂ ਕਤਲ ਕੀਤਾ ਗਿਆ ਉਹ ਹੱਤਿਆਕਾਂਡ ਦਾ ਕੀ ਕਾਰਨ ਸੀ ਕਿਉਂਕਿ ਹਰਬੰਸ ਜਿਹੜੇ ਮੰਚੰਦਾ ਸਨ ਉਹ ਜਥੇਦਾਰ ਸੰਤੋਖ ਸਿੰਘ ਤੋਂ ਬਾਅਦ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ ਲੈ ਕੇ ਤੁਰ ਰਹੇ ਸਨ ਤੇ ਹਰਬੰਸ ਸਿੰਘ ਮੰਚੰਦਾ ਵਰਗੇ ਲੋਕਾਂ ਦੇ ਵਿੱਚ ਹੀ ਇੰਦਰਾ ਗਾਂਧੀ ਅਤੇ ਗਿਆਨੀ ਜ਼ੈਲ ਸਿੰਘ ਵਰਗਿਆਂ ਨੂੰ ਨਜ਼ਰ ਆਣੇ ਸ਼ੁਰੂ ਹੋ ਗਏ ਸਨ ਕੁਝ ਐਸੇ ਕਿਰਦਾਰ ਕੁਝ ਐਸੇ ਸਿੱਖ ਪੰਥਕ ਲੀਡਰ ਜਿਨ੍ਹਾਂ ਦੇ ਵਿੱਚ ਉਹ ਪਾਲ ਰਹੇ ਸਨ ਉਸ ਤਰੀਕੇ ਦੀ ਆਲਟਰਨੇਟ ਲੀਡਰਸ਼ਿਪ ਜੋ ਕਿ ਜਥੇਦਾਰ ਸੰਤੋਖ ਸਿੰਘ ਤੋਂ ਬਾਅਦ ਦਿੱਲੀ ਦੇ ਵਿੱਚ ਉੱਪਰ ਹੀ ਨਹੀਂ ਕਦੇ ਪਾਈ ਉਹਨਾਂ ਤੋਂ ਕੀ ਕੰਮ ਕਰਾਉਣਾ ਚਾਹ ਰਹੇ ਸੀ ਤੇ ਉਹਨਾਂ ਨੇ ਕੀ ਅਚੀਵ ਕੀਤਾ ਕਾਂਗਰਸ ਦੀ ਕੇਂਦਰ ਸਰਕਾਰ ਲਈ ਤੇ ਫਿਰ ਉਸ ਦਾ ਖਮਿਆਜ਼ਾ ਉਹਨਾਂ ਨੂੰ ਕਿਵੇਂ ਭੁਗਤਣਾ ਪਿਆ ਕਿਵੇਂ ਉਹਨਾਂ ਦਾ ਜਿਹੜਾ ਪੇਚਾ ਸੀ 올 ਇੰਡੀਆ ਸਿਕ ਸਟੂਡੈਂਟ ਫੈਡਰੇਸ਼ਨ ਨਾਲ ਪਿਆ ਕੀ ਸੀ ਉਹ ਹਿੱਟ ਸਕਵਾਡ ਜਿਸ ਨੇ ਕਿ ਹਰਬੰਸ ਸਿੰਘ ਮਨਚੰਦਾ ਉਹਨਾਂ ਨੂੰ ਐਲੀਮੀਨੇਟ ਕੀਤਾ ਦਿੱਲੀ ਦੇ ਵਿੱਚ ਜਾ ਕੇ ਕੀਤਾ ਤੇ ਉਸ ਦੇ ਨਾਲ ਤੇ ਅਗਲੀਆਂ ਕੜੀਆਂ ਕੀ ਨੇ ਉਹ ਅਗਲੀ ਰਿਪੋਰਟ ਦੇ ਵਿੱਚ ਲੈ ਕੇ ਫਿਰ ਹਾਜ਼ਰ ਹੋਵਾਂਗਾ ਬਹੁਤ ਬਹੁਤ ਧੰਨਵਾਦ ਦਿਤੇਸ਼ ਲਖੀ ਅਨਪਲੱਗਡ ਨਾਲ ਜੁਟਣ ਲਈ ਇਸ ਰਿਪੋਰਟ ਨੂੰ ਵੇਖਣ ਲਈ